ਹੁਣ ਬੇਅੰਤ ਸਿੰਘ ਮੁੱਖ ਮੰਤਰੀ ਹੁੰਦੇ ਸੀ, ਸਭ ਤੋਂ ਪਹਿਲਾਂ ਮੁੱਖ ਮੰਤਰੀ ਬਣਨ ਤੋਂ ਤੁਹਾਡੇ ਕੋਲ ਆਏ ਸੀ? ਸਰਦਾਰ ਬੇਅੰਤ ਸਿੰਘ ਨੂੰ ਪਤਾ ਸੀ ਕਿ ਡਿਵੈਲਪਮੈਂਟ ਓਰੀਐਂਟਡ ਆਦਮੀ ਆ, ਸਾਡੀਆਂ ਬੜੀਆਂ ਡਿਸਕਸ਼ਨ ਹੁੰਦੀਆਂ ਸਰਦਾਰ ਬੇਅੰਤ ਸਿੰਘ ਨਾਲ। ਕਿਸਾਨਾਂ ਦੀ ਆਵਾਜ਼ ਉਠਾਈ ਕਦੇ ਬੀਜੇਪੀ ਕੋਲ? ਸਭ ਤੋਂ ਪਹਿਲਾਂ ਬਿਆਨ ਮੇਰਾ ਸੀ, 2.5 ਲੱਖ ਕਰੋੜ ਸਿਰਫ ਕਰਜ਼ਾ ਹੈਗਾ ਪੰਜਾਬ ਦੇ ਉੱਪਰ, ਅਸੀਂ 5 ਸਾਲਾਂ 'ਚ 0 ਕਰਜ਼ਾ ਕਰਦੇ ਹਾਂ, 300 ਯੂਨਿਟ ਦਿੰਦੇ ਆ, 75,000 ਕਰੋੜ ਹਰੇਕ ਮਹੀਨੇ ਕਰਜ਼ਾ ਲੈ ਲੈਂਦੇ ਆ। ਜਦੋਂ ਤੱਕ ਉਹਨਾਂ ਦੀ ਸਰਕਾਰ ਜਾਣੀ ਹੈ 5 ਲੱਖ 'ਤੇ ਪਹੁੰਚ ਜਾਊਗਾ, ਜਿਹੜਾ ਕਹਿੰਦੇ ਅਸੀਂ 0 ਕਰ ਦੇਣਾ ਕੇਜਰੀਵਾਲ ਸਾਹਿਬ ਕਹਿੰਦੇ। ਕਿ ਜਦੋਂ ਮੈਂ ਕਾਂਗਰਸ 'ਚ ਹੁੰਦਾ ਸੀ, ਡਾਕਟਰ ਮਨਮੋਹਨ ਸਿੰਘ ਕੋਲ ਅਸੀਂ ਜਾਂਦੇ ਹੁੰਦੇ ਸੀ ਕਿ MSP ਵਧਾਉਣਾ, ਸਾਡੀ ਝੋਨਾ ਲੱਗਣਾ, ਸਾਨੂੰ ਬੜੀ ਮੁਸ਼ਕਿਲ ਨਾਲ 20 ਜਾਂ 30 ਰੁਪਏ MSP ਵੱਧਦੀ ਸੀ। ਨਰਿੰਦਰ ਮੋਦੀ ਜੀ ਨੇ, ਤੁਸੀਂ ਹੈਰਾਨ ਮੰਨੋਗੇ, ਪਹਿਲਾਂ 143 ਰੁਪਏ ਵਧਾਈ, ਆਹ ਜੇ ਝੋਨਾ ਆਪਾਂ ਲਾਉਣ ਹੀ ਲੱਗੇ 175 ਰੁਪਏ ਹੋਰ ਵਧਾ ਤੇ। ਕਿੰਨੇ ਸਾਲ ਪੰਜਾਬ ਨੰਬਰ 1 'ਤੇ ਰਿਹਾ, ਉੱਤਰ ਪ੍ਰਦੇਸ਼ 16ਵੇਂ ਨੰਬਰ 'ਤੇ ਸੀ, ਅੱਜ ਤੁਸੀਂ ਹੈਰਾਨ ਮੰਨੋਗੇ ਉੱਤਰ ਪ੍ਰਦੇਸ਼ ਨੰਬਰ 2 'ਤੇ ਆ ਡਿਵੈਲਪਮੈਂਟ ਐਜ ਏ ਸਟੇਟ, ਔਰ ਆਪਾਂ 16ਵੇਂ ਨੰਬਰ 'ਤੇ ਚਲੇ। ਸਾਡੇ ਇੱਥੇ ਆਏ ਕਿ ਜੀ ਅਸੀਂ ਨਿਯੁਕਤੀ ਪੱਤਰ ਦੇ ਰਹੇ ਹਾਂ, ਪਤਾ ਲੱਗਿਆ ਕਿ ਪ੍ਰਮੋਸ਼ਨ ਪੇਪਰ ਹੀ ਸੀ। ਜਿਹੜੀ ਕਾਂਗਰਸ ਆ ਇੱਥੇ ਤਾਂ ਗੱਲਾਂ ਕਰਦੇ ਆ, ਦਿੱਲੀ ਜੱਫੀਆਂ ਪਾਉਂਦੇ ਆ। ਸੁਖਬੀਰ ਸਿੰਘ ਬਾਦਲ ਨੇ ਜੋ ਮਰਜ਼ੀ ਕੋ ਆਪਦੇ ਟਾਈਮ 'ਚ ਆ ਜਿਹੜੇ ਨੈਸ਼ਨਲ ਹਾਈਵੇ 'ਚ ਸੈਂਟਰ ਨੇ ਬਣਾਏ, ਪਰ ਹਿੰਮਤ ਤਾਂ ਕੀਤੀ। ਪੰਜਾਬੀਆਂ ਵਰਗਾ ਇਮਾਨਦਾਰ, ਪੰਜਾਬੀਆਂ ਵਰਗਾ ਮਿਹਨਤੀ ਔਰ ਰੱਬ ਤੋਂ ਡਰਨ ਵਾਲਾ, ਹਰੇਕ ਗੱਲ 'ਚ ਪੰਜਾਬੀ ਕੌਮ ਜਿਹੜੀ ਅੱਗੇ ਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਚੜ੍ਹਦੀ ਕਲਾ TV, ਮੈਂ ਗੁਰਮੁਖ ਸਿੰਘ ਰੁਪਾਣਾ। ਅੱਜ ਅਸੀਂ ਤੁਹਾਡੀ ਮੁਲਾਕਾਤ ਉਸ ਸ਼ਖਸੀਅਤ ਨਾਲ ਕਰਾਵਾਂਗੇ ਜਿਨ੍ਹਾਂ ਦਾ ਵਿਦੇਸ਼ਾਂ ਵਿੱਚ ਵੱਡਾ ਕਾਰੋਬਾਰ ਹੁੰਦਿਆਂ ਵੀ ਉਹਨਾਂ ਨੇ ਪੰਜਾਬ ਦੇ ਵਿੱਚ ਆ ਕੇ, ਇੱਕ ਪੰਜਾਬ ਦੇ ਛੋਟੇ ਜਿਹੇ ਸ਼ਹਿਰ ਅਤੇ ਇੱਕ ਛੋਟੀ ਜਿਹੀ ਤਹਿਸੀਲ ਬਰਨਾਲਾ ਦੇ ਵਿੱਚ ਆ ਕੇ ਵੱਡਾ ਕੰਮ ਕੀਤਾ, ਜ਼ਿਲ੍ਹਾ ਬਣਾਇਆ, ਵੱਡੇ ਵੱਡੇ ਫਲਾਈਓਵਰ ਬਣਾਏ, ਜ਼ਿਲ੍ਹਾ ਕੋਰਟ ਕੰਪਲੈਕਸ ਬਣਾਇਆ, ਅਤੇ ਅੱਜ ਵੀ ਲੋਕਾਂ ਦੇ ਅੰਦਰ ਇੱਕ ਉਹਨਾਂ ਦਾ ਨਾਮ ਹੈ। ਵੱਡੇ ਕਾਰੋਬਾਰੀ ਹੁੰਦਿਆਂ ਵੀ ਉਹਨਾਂ ਦੇ ਅੰਦਰ ਕੀ ਚਿਣਗੁੱਠੀ ਕਿ ਅਸੀਂ ਵਿਦੇਸ਼ਾਂ ਵਿੱਚੋਂ ਵਾਪਸ ਆ ਕੇ ਪੰਜਾਬ ਦੇ ਵਿੱਚ ਆ ਕੇ ਅਸੀਂ ਲੋਕਾਂ ਦੀ ਸੇਵਾ ਕਰੀਏ। ਸੋ ਉਹ ਸ਼ਖਸੀਅਤ ਨੇ ਸਰਦਾਰ ਕੇਵਲ ਸਿੰਘ ਢਿੱਲੋਂ, BJP ਕੋਰ ਕਮੇਟੀ ਮੈਂਬਰ। ਢਿੱਲੋਂ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਬਹੁਤ ਧੰਨਵਾਦ ਜੀ, ਤੁਹਾਡੇ ਆਉਣ ਦਾ ਇੱਧਰ ਪਾਉਣ। ਅਜੇ ਢਿੱਲੋਂ ਸਾਹਿਬ, ਸਭ ਤੋਂ ਪਹਿਲਾਂ ਇਹ ਦੱਸੋ ਵੀ ਤੁਹਾਡਾ ਵਿਦੇਸ਼ਾਂ ਵਿੱਚ ਵੱਡਾ ਕਾਰੋਬਾਰ ਹੈ ਹੁੰਦਿਆਂ ਵੀ ਤੁਹਾਡੇ ਅੰਦਰ ਕੀ ਝਿਣਗੁੱਠੀ ਕਿ ਅਸੀਂ ਪੰਜਾਬ ਦੇ ਵਿੱਚ ਜਾ ਕੇ ਲੋਕਾਂ ਦੀ ਸੇਵਾ ਕਰੀਏ? ਦੇਖੋ ਜੀ, ਸਾਡਾ ਸਾਰਾ ਪਰਿਵਾਰ 1902 ਤੋਂ 124 ਸਾਲ ਹੋ ਗਏ, ਸਾਡੇ ਦਾਦਾ ਪੜਦਾਦਾ ਜੀ ਕੈਨੇਡਾ ਗਏ ਸੀ, ਸਾਰਾ ਪਰਿਵਾਰ ਬਾਹਰ ਆ। ਜਦੋਂ ਮੈਂ ਪੰਜਾਬ 'ਚ ਆਇਆ, ਵਾਪਸ ਆਇਆ, ਤਾਂ ਮੈਂ ਹਿੰਦੁਸਤਾਨ ਪੰਜਾਬ ਦੇਖਿਆ। ਉਹਨਾਂ ਦਿਨਾਂ 'ਚ ਇੰਡੀਆ ਲੈਵਲ 'ਤੇ ਵੀ, ਸੈਂਟਰ ਦੇ ਵਿੱਚ ਵੀ, ਔਰ ਖਾਸ ਕਰਕੇ ਪੰਜਾਬ ਦੇ ਵਿੱਚ ਵੀ ਕੋਈ ਡਿਵੈਲਪਮੈਂਟ ਨਹੀਂ ਸੀ। ਤਾਂ ਮੈਂ ਪਹਿਲਾਂ ਜਿਹੜਾ ਮਲਟੀਨੈਸ਼ਨਲ ਆ PepsiCola ਪੰਜਾਬ ਦੇ ਥਰੂ ਇੰਡੀਆ 'ਚ ਲੈ ਕੇ ਆਏ ਸੀ। ਮੇਰਾ ਸ਼ੁਰੂ ਤੋਂ ਇੱਕੋ ਇੱਕ ਮੁੱਦਾ ਰਿਹਾ, ਵਿਕਾਸ ਦਾ। ਇਹ ਮੇਰਾ ਆਪਣੀ ਜਨਮ ਭੂਮੀ ਆ, ਮੇਰੀ ਆਪਣੀ ਕਰਮ ਭੂਮੀ ਆ। ਤੁਸੀਂ ਗਏ ਕਦੋਂ ਸੀ ਕੈਨੇਡਾ ਅਤੇ ਵਾਪਸ ਕਦੋਂ ਆਏ? ਮੈਂ ਕੈਨੇਡਾ, ਮੈਂ ਪਹਿਲਾਂ ਅਫਰੀਕਾ ਗਿਆ ਜੀ, ਫਿਰ USA ਵਿੱਚ 69 'ਚ SD College ਤੋਂ ਮੈਂ ਬਾਹਰ ਗਿਆ ਸੀ। ਪਹਿਲਾਂ ਇੱਥੇ SD College ਪੜ੍ਹਿਆ, ਫਿਰ ਗੌਰਮੈਂਟ ਹਾਈ ਸਕੂਲ 'ਚ ਪੜ੍ਹਿਆ ਇੱਥੇ ਬਰਨਾਲੇ, ਸਾਡਾ ਪਿੰਡ ਟੱਲੇ ਵਾਲਾ ਜਿਹੜਾ ਇੱਥੇ ਬਿਲਕੁਲ ਬਰਨਾਲੇ ਦੇ ਨਾਲ ਆ। ਅਤੇ ਜਦੋਂ ਮੈਂ ਵਾਪਸ ਆਇਆ, ਮੈਂ ਦੇਖਿਆ ਵੀ ਉਹੀ ਜਿਹੜਾ ਮੈਂ ਛੱਡ ਕੇ ਗਿਆ ਸੀ ਉਸ ਤੋਂ ਨੀਚੇ ਹੀ ਹੋਇਆ, ਡਿਵੈਲਪਮੈਂਟ ਉੱਪਰ ਨਹੀਂ ਹੋਈ। ਕਿ ਡਿਵੈਲਪਮੈਂਟ ਜਦੋਂ ਇੱਕ ਤਹਿਸੀਲ ਹੋ ਜਾਵੇ, ਕਿਸੇ ਟਾਈਮ 'ਚ ਬਰਨਾਲਾ ਜ਼ਿਲ੍ਹਾ ਹੁੰਦਾ ਸੀ PepsiCola ਤੋਂ ਪਹਿਲਾਂ, PepsiCola ਦੀਆਂ ਗੱਲਾਂ ਉਸ ਤੋਂ ਬਾਅਦ ਜ਼ਿਲ੍ਹਾ ਤੋੜ ਕੇ ਬਰਨਾਲੇ ਨੂੰ
ਬਠਿੰਡਾ ਜ਼ਿਲ੍ਹਾ ਨਹੀਂ ਸੀ ਹੁੰਦਾ, ਸੰਗਰੂਰ ਜ਼ਿਲ੍ਹਾ ਨਹੀਂ ਸੀ, ਬਰਨਾਲਾ ਜ਼ਿਲ੍ਹਾ ਹੁੰਦਾ ਸੀ। ਤੋ ਉਸ ਤੋਂ ਬਾਅਦ ਸੰਗਰੂਰ ਬਣਿਆ, ਬਠਿੰਡਾ ਬਣਿਆ, ਪਰ ਬਰਨਾਲਾ ਨਹੀਂ ਬਣਿਆ। ਲੋਕਾਂ ਦੀ ਇੱਕ ਇੱਜ਼ਤ ਦਾ ਸਵਾਲ ਸੀ ਵੀ ਸਾਡੀ ਪੱਗ ਦਾ ਸਵਾਲ ਆ, ਸਾਡੀ ਪੱਗ ਜਿਹੜੀ ਉਹ ਥੱਲੇ ਰੋਲੀ ਗਈ ਹੈ। ਮੈਂ ਉਸ ਵੇਲੇ ਕਿਹਾ ਮੈਨੂੰ ਕਹਿੰਦੇ ਇਲੈਕਸ਼ਨ ਲੜੋ, ਮੈਨੂੰ 89 'ਚ ਵੀ 99 'ਚ ਵੀ ਪਾਰਲੀਮੈਂਟ ਟਿਕਟ ਮਿਲਿਆ ਸੰਗਰੂਰ ਤੋਂ। ਮੈਂ ਕਿਹਾ ਮੇਰੀ ਇੱਕੋ ਹੀ ਸੀ ਵੀ ਜਿੰਨੀ ਦੇਰ ਬਰਨਾਲਾ ਜ਼ਿਲ੍ਹਾ ਨਹੀਂ ਬਣਦਾ ਮੈਂ ਇਲੈਕਸ਼ਨ ਨਹੀਂ ਲੜਾਂਗਾ। ਇਹ ਅਕਾਲੀਆਂ ਦਾ ਗੜ੍ਹ ਹੁੰਦਾ ਸੀ ਇੱਥੇ। ਮੈਨੂੰ ਕਹਿਣ ਲੱਗੇ ਸਾਡੀ ਪਾਰਟੀ ਵਾਲੇ, ਮੈਂ ਕਾਂਗਰਸ ਪਾਰਟੀ, ਤੁਸੀਂ ਕਾਂਗਰਸ ਪਾਰਟੀ, ਕਾਂਗਰਸ ਪਾਰਟੀ, ਤੁਸੀਂ ਰਾਜੀਵ ਗਾਂਧੀ ਦੇ ਕਾਫੀ ਨੇੜੇ ਰਹੇ, ਕੈਪਟਨ ਅਮਰਿੰਦਰ ਸਿੰਘ ਦਾ ਖਾਸ ਧੜਾ ਰਿਹਾ। ਰਾਜੀਵ ਗਾਂਧੀ ਜੀ ਦੇ ਟਾਈਮ 'ਤੇ ਪੈਪਸੀ ਕੋਲਾ ਲਿਆਂਦਾ, ਫਿਰ ਕੈਪਟਨ ਅਮਰਿੰਦਰ ਸਿੰਘ ਜੀ ਨਾਲ ਸੀਗੇ। ਮੈਂ ਕੈਪਟਨ ਸਾਹਿਬ ਨੇ ਕਿਹਾ ਵੀ ਨਹੀਂ ਕੇਵਲ ਜੀ ਤੁਸੀਂ ਬਰਨਾਲੇ, ਤਾਂ ਮੈਂ ਅਕਾਲੀ ਦਲ 'ਚ ਰਿਹਾ, ਕੈਪਟਨ ਸਾਹਿਬ ਪਹਿਲਾਂ ਅਕਾਲੀ ਦਲ ਸੀ ਨਾ, ਵੀ ਇਹ ਬਰਨਾਲਾ ਅਕਾਲੀਆਂ ਦਾ ਗੜ੍ਹ ਆ ਤੁਸੀਂ। ਮੈਂ ਕਿਹਾ ਨਹੀਂ ਜੀ, ਮੇਰਾ ਪਿੰਡ ਆ, ਮੈਂ ਇੱਥੇ ਹੀ ਲੜਾਂਗਾ। ਔਰ ਮੈਨੂੰ ਪੂਰਾ ਭਰੋਸਾ ਸੀ ਕਿ ਜਿਸ ਮੈਂ ਧੱਈਏ ਨਾਲ ਇੱਥੇ ਆਇਆ, ਮੈਂ ਬਰਨਾਲੇ ਨੂੰ ਬਦਲਣਾ ਆ, ਕਿ ਸਭ ਤੋਂ ਪਹਿਲਾਂ ਬਰਨਾਲਾ ਤਾਂ ਬਦਲ ਸਕਦਾ ਜੇ ਉਹਦੀ ਤਰੱਕੀ ਤਹਿਸੀਲ ਤੋਂ ਦੁਬਾਰਾ ਜ਼ਿਲ੍ਹਾ ਬਣੇਗਾ। ਸੋ ਪਹਿਲਾਂ ਅਸੀਂ ਜ਼ਿਲ੍ਹਾ ਬਣਾਇਆ, ਕਿ ਜ਼ਿਲ੍ਹੇ ਦੇ ਨਾਲ ਕੋਰਟ ਕੰਪਲੈਕਸ ਜਿਵੇਂ ਤੁਸੀਂ ਕਿਹਾ, ਆ ਫਲਾਈਓਵਰ ਸੜਕਾਂ ਦਾ, ਬਰਨਾਲਾ ਰੈਕੋਰਡ ਸੜਕ ਬੜੀ ਮਾੜੀ ਹੁੰਦੀ ਸੀ, ਆ ਧਨੌਲਾ ਰੋਡ ਸਾਡੀਆਂ ਇੱਥੇ ਜਿੰਨੀਆਂ ਸੜਕਾਂ ਨੇ, ਬਹੁਤ ਬੁਰਾ ਹਾਲ ਸੀ, ਜਾਣੀ ਕਿ ਇੱਕ ਪਛੜਿਆ ਹੋਇਆ ਇਲਾਕਾ ਕਹਿੰਦੇ ਸੀ। ਪਰ ਇਹ ਬਹੁਤ ਜ਼ਿਲ੍ਹਾ ਪਹਿਲਾਂ ਤਾਂ ਬਹੁਤ ਵੱਡਾ ਸੀ, ਮੇਰੇ ਖਿਆਲ ਮਲੇਰਕੋਟਲਾ ਬਣਨ ਨਾਲ ਕੋਈ ਫਰਕ ਪਿਆ ਤੁਹਾਡੇ ਜ਼ਿਲ੍ਹੇ ਨੂੰ? ਹਾਂ, ਮਲੇਰਕੋਟਲਾ ਤਾਂ ਬਹੁਤ ਬਾਅਦ 'ਚ ਬਣਿਆ ਨਾ ਜੀ, ਫਰਕ ਤਾਂ ਪਿਆ ਕਾਫੀ। ਹਾਂ, ਪਰ ਸਾਡਾ ਜਿਹੜਾ ਬਰਨਾਲਾ ਸੀ ਨਾ ਜੀ, ਇਹ ਬਹੁਤ ਇੱਕ ਪਛੜਿਆ ਹੋਇਆ ਇਲਾਕਾ ਕਿਹਾ ਸੀ। ਮੈਂ ਕਿਹਾ ਤਾਂ ਪਛੜਿਆਪਣ ਦੂਰ ਕਰਨਾ, ਹਜੇ ਵੀ ਮੈਂ ਸੋਚਦਾ ਕਿ ਇੱਥੇ ਬਹੁਤ ਵੱਡਾ ਵਿਕਾਸ ਹੋਣ ਵਾਲਾ, ਕਿ ਇੰਡਸਟਰੀ ਵੱਲੋਂ, ਮੈਂ ਜਦੋਂ ਪਿੱਛੇ ਪਾਰਲੀਮੈਂਟ ਇਲੈਕਸ਼ਨ ਲੜ ਰਿਹਾ ਸੀ ਉਦੋਂ ਮੈਂ ਤੁਹਾਡੇ ਹੁਣ ਦੇ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਆ ਸੀ ਨਰਿੰਦਰ ਮੋਦੀ ਜੀ ਨੂੰ ਚਿੱਠੀ ਲਿਖੀ ਕਿ ਇਸ ਇਲਾਕੇ 'ਚ ਇੱਕ ਏਅਰਪੋਰਟ, ਇੱਕ ਕਾਰਗੋ ਟਰਮੀਨਲ, ਕਿ ਇੱਥੇ ਕਿਸਾਨੀ ਦਾ ਭਲਾ ਤਾਂ ਹੋ ਸਕਦਾ ਜੇ ਆਪਣੀ ਆਮਦਨ ਵਧੂਗੀ। ਹੁਣ ਜਿਵੇਂ ਮਲੇਰਕੋਟਲੇ ਤੁਸੀਂ ਗੱਲ ਕੀਤੀ, ਮਲੇਰਕੋਟਲਾ ਗੜ੍ਹ ਆ, ਜਿੰਨੀਆਂ ਸਬਜ਼ੀਆਂ ਭਾਜੀਆਂ ਮਲੇਰਕੋਟਲੇ 'ਚ ਹੁੰਦੀਆਂ ਉਹ ਸਾਰੀਆਂ 200 ਤੋਂ 400 ਟਨ ਰੋਜ਼ ਦਾ ਦਿੱਲੀ ਜਾਂਦਾ। ਜਿਹੜੀ ਇੱਥੇ ਤੁਸੀਂ ਗੋਭੀ, ਭਿੰਡੀ ਇੱਥੇ 16 ਰੁਪਏ 20 ਰੁਪਏ ਆ, ਜੇ ਉਹੀ ਕਾਰਗੋ ਟਰਮੀਨਲ ਹੋਵੇ ਇੱਥੋਂ, ਚੱਕ ਕੇ ਤੁਸੀਂ ਦੁਬਈ, ਅਬੂਧਾਬੀ, ਸ਼ਾਰਜਾ, ਇਰਾਨ, ਇਰਾਕ ਬਾਹਰ ਭੇਜੋ, ਤਾਂ ਉਹ 70-80 ਰੁਪਏ ਲੋਕਾਂ ਦੀ ਆਮਦਨ ਕਿਸਾਨਾਂ ਦੀ ਵਧੇਗੀ। ਸੋ ਉਹਨਾਂ ਨੇ, ਪ੍ਰਧਾਨ ਮੰਤਰੀ ਸਾਹਿਬ ਨੇ ਹਫ਼ਤੇ ਵਿੱਚ ਮੈਨੂੰ ਜਵਾਬ ਦਿੱਤਾ, ਸਿਵਲ ਸਰਵੇਸ਼ਨ ਮਿਨਿਸਟਰ ਸਿੰਧੀਆ ਸਾਹਿਬ ਸੀਗੇ ਉਦੋਂ, ਕਿ ਅਸੀਂ ਤਿਆਰ ਹਾਂ, ਸਾਨੂੰ ਪੰਜਾਬ ਗੌਰਮੈਂਟ ਇੱਕ ਵਾਰੀ ਲਿਖ ਕੇ ਦੇਵੇ। ਇਹ ਤੁਹਾਨੂੰ ਪਤਾ ਇੱਕ ਰੁਪਾਣਾ ਜੀ ਇੱਕ ਸੰਧੀ ਹੋਈ ਵੀ ਆ ਸੰਘੀ ਢਾਂਚੇ ਦੇ ਵਿੱਚ, ਕਿ ਸੈਂਟਰ ਅਤੇ ਸਟੇਟਾਂ ਰਲ ਕੇ ਕੰਮ ਕਰਦੀਆਂ ਨੇ। ਜਿਹੜੀ ਕੋਈ ਸਟੇਟ ਦਾ ਕੰਮ ਹੋਵੇ ਉਹ ਸੈਂਟਰ ਸਰਕਾਰ ਨੂੰ ਸਟੇਟ ਵੱਲੋਂ ਰਿਕੁਐਸਟ। ਤੁਹਾਨੂੰ ਜਵਾਬ ਕੀ ਮਿਲਿਆ, ਭਰੇਗਾ ਬਰਨਾਲੇ 'ਚ? ਹਾਂ, ਉਹਨਾਂ ਨੇ ਕਿਹਾ ਵੀ ਅਸੀਂ ਤਿਆਰ ਹਾਂ, ਸਾਨੂੰ ਪੰਜਾਬ ਗੌਰਮੈਂਟ ਇੱਕ ਵਾਰੀ ਰਿਕੁਐਸਟ ਭੇਜੇ, ਸਾਨੂੰ ਪ੍ਰਪੋਜ਼ਲ ਭੇਜੇ। ਪਹਿਲਾਂ ਤਾਂ ਪ੍ਰਪੋਜ਼ਲ ਹੀ ਜਾਏਗੀ ਨਾ ਜੀ, ਸੈਂਕਸ਼ਨ ਹੋਏਗਾ। ਸੋ ਉਹ ਇਲੈਕਸ਼ਨਾਂ ਦੇ ਵਿੱਚ ਤਾਂ ਮੈਂ ਕੁਛ ਹੋਇਆ ਨਹੀਂ ਇਹਨਾਂ ਦਾ। ਉਦੋਂ ਬਾਅਦ ਮੈਂ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਨੇ, ਮੈਂ ਚਿੱਠੀ ਲਿਖੀ ਕਿ ਜੀ ਆਪਣੇ ਇੱਥੇ ਏਅਰਪੋਰਟ ਆ ਸਕਦਾ, ਤੁਸੀਂ ਇਹ ਛੱਡੋ ਪਰੇ ਵੀ ਮੈਨੂੰ ਕ੍ਰੈਡਿਟ ਮਿਲੂ, ਤੁਹਾਨੂੰ ਮਿਲੂਗਾ, ਆਪਣਾ ਇਲਾਕਾ ਹੈਗਾ ਉਹ ਵੀ ਸੰਗਰੂਰ ਤੋਂ ਹੀ ਨੇ, ਕਿ ਆਪਾਂ ਕ੍ਰੈਡਿਟ ਗੇਮ ਛੱਡ ਕੇ ਤੁਸੀਂ ਚਿੱਠੀ ਲਿਖੋ ਸੈਂਟਰ ਨੂੰ, ਤਾਂ ਕਿ ਆਪਣੇ ਇੱਕ ਇੰਟਰਨੈਸ਼ਨਲ ਏਅਰਪੋਰਟ ਆ ਸਕੇ, ਇੱਕ ਕਾਰਗੋ ਟਰਮੀਨਲ ਆ ਸਕੇ। ਪਰ ਉਹ ਮੈਨੂੰ ਨਹੀਂ ਲੱਗਦਾ ਅੱਜ ਤੱਕ ਮਿਲੇ ਸੀ ਐਮ ਸਾਹਿਬ ਨੂੰ। ਮੈਂ ਚਿੱਠੀ ਲਿਖੀ, ਅੱਜ ਮੈਨੂੰ ਮੇਰਾ ਖਿਆਲ 6 ਮਹੀਨੇ ਤੋਂ ਉੱਪਰ ਹੋ ਗਿਆ, ਕੋਈ ਜਵਾਬ ਆਇਆ ਨਹੀਂ। ਮੈਨੂੰ ਲੱਗਦਾ ਵੀ ਨਹੀਂ, ਮੈਨੂੰ ਕੋਈ ਚਿੱਠੀ ਵੀ ਨਹੀਂ ਭੇਜੀ ਉਹਨਾਂ ਨੇ, ਮੈਨੂੰ ਨਹੀਂ ਲੱਗਦਾ ਉਹ ਚਿੱਠੀ ਸੈਂਟਰ ਨੂੰ ਲਿਖੀ ਹੋਏਗੀ, ਜੇ ਲਿਖੀ ਹੁੰਦੀ ਤਾਂ ਮੈਨੂੰ ਪਤਾ ਲੱਗਦਾ। ਸੋ ਇਸ ਤਰ੍ਹਾਂ ਹੀ ਮੈਂ ਇੱਥੇ ਹੋਸਪਿਟਲ ਲੈ ਕੇ ਆਇਆ ਸੀ ਇੱਕ, ਉਹ ਹੋਸਪਿਟਲ ਜਿਹੜਾ ਸੀ ਸੁਪਰ ਸਪੈਸ਼ਲਿਟੀ ਹੋਸਪਿਟਲ ਅਤੇ ਟਰੋਮਾ ਸੈਂਟਰ, ਉਹ ਜਦੋਂ ਮੌਜੂਦਾ ਸਰਕਾਰ ਆਈ ਝਾੜੂ ਦੀ ਸਰਕਾਰ, ਇਹਨਾਂ ਨੇ ਹੋਸਪਿਟਲ ਦੀ ਜਗ੍ਹਾ ਕੈਂਸਲ ਕਰਕੇ ਉੱਥੇ ਸਪੋਰਟਸ ਕੰਪਲੈਕਸ ਬਣਾਉਣਾ ਸ਼ੁਰੂ ਕਰਨਾ, ਵੀ ਸਪੋਰਟਸ ਕੰਪਲੈਕਸ ਬਣੂਗਾ, ਕਿਉਂਕਿ
ਹੌਸਪੀਟਲ ਦੀ ਇੱਥੇ ਬਠਿੰਡਾ, ਉੱਧਰੋਂ ਪਟਿਆਲਾ, ਉੱਧਰੋਂ ਲੁਧਿਆਣਾ, ਇਸ ਇਲਾਕੇ 'ਚ ਜਿਵੇਂ ਹੁਣ ਪਿੱਛੇ ਜੇ ਅਸੀਂ ਉਸ ਦਿਨ ਕਰਮਗੜ੍ਹ ਗਏ ਪਿੰਡ, ਮੈਂ ਪਿੰਡੋਂ ਨਿਕਲਿਆ, ਉਦੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਜੀ ਇੱਕ ਬੱਚੇ ਦਾ ਐਕਸੀਡੈਂਟ ਹੋ ਗਿਆ। ਉਹ ਐਕਸੀਡੈਂਟ ਇੱਡਾ ਭਿਆਨਕ ਸੀਗਾ ਕਿ ਉਹਨੂੰ ਟਰੋਮਾ ਸੈਂਟਰ ਦੇ ਵਿੱਚ ਵਿਚਾਰਿਆਂ ਨੇ ਕਰਨਾ ਸੀਗਾ, ਉਹਨੂੰ DMC ਲਿਜਾਣਾ ਪਿਆ। ਉਹਦੇ 'ਚ DMC ਜਾਂਦੇ ਜਾਂਦੇ ਕੱਲ੍ਹ ਪਤਾ ਲੱਗਿਆ ਬੱਚੇ ਦੀ ਮੌਤ ਹੋ ਗਈ। ਸੋ ਇਸ ਇਲਾਕੇ ਦੇ ਵਿੱਚ ਕੁਝ ਚੰਗੀਆਂ ਸਹੂਲਤਾਂ ਹਜੇ ਵੀ, ਮੈਂ ਇਸ ਗੱਲ ਦੇ ਪਿੱਛੇ ਹਾਂ ਕਿ ਵਧੀਆ ਸਹੂਲਤਾਂ ਪੈਦਾ ਕਰਨ ਦੀ ਹਜੇ ਲੋੜ ਆ ਸਾਨੂੰ, ਹੈਲਥ ਦੇ ਵਿੱਚ, ਐਜੂਕੇਸ਼ਨ ਦੇ ਵਿੱਚ, ਔਰ ਖਾਸ ਕਰਕੇ ਰੁਜ਼ਗਾਰ। ਜਿਹੜੀ ਇੰਡਸਟਰੀ ਆ, ਕੋਈ ਵੱਡੀ ਇੰਡਸਟਰੀ ਆਵੇ ਜਿਵੇਂ ਸੈਮੀ ਕੰਡਕਟਰ ਆ, ਤੁਹਾਨੂੰ ਪਤਾ ਤਾਇਵਾਨ ਦੁਨੀਆ ਦਾ ਸਭ ਤੋਂ ਅਮੀਰ ਫੋਰਨ ਐਕਸਚੇਂਜ 'ਚ ਰਿਹਾ, ਕਿਉਂਕਿ ਉੱਥੇ ਸੈਮੀ ਕੰਡਕਟਰ ਦੀ ਇੱਕ ਫੈਕਟਰੀ ਲੱਗੀ ਸੀ। ਹੁਣ ਨਰਿੰਦਰ ਮੋਦੀ ਜੀ ਨੇ 4 ਸੈਮੀ ਕੰਡਕਟਰ ਦੇ ਫੈਕਟਰੀਆਂ ਲਾ ਰਹੇ ਆ, 2 ਗੁਜਰਾਤ 'ਚ ਲੱਗ ਰਹੀ ਆ, 2 ਅਸਾਮ 'ਚ ਲੱਗ ਰਹੀਆਂ ਨੇ, ਔਰ ਉਹਦੇ ਨਾਲ ਹੀ ਆਈਫੋਨ ਦਾ। ਹੁਣ ਦੇਖੋ ਦੁਨੀਆ ਦੇ ਵਿੱਚ ਹਰੇਕ 3ਜਾ ਜਾਂ 5ਵਾਂ ਆਈਫੋਨ ਮੇਡ ਇਨ ਇੰਡੀਆ ਹੋਣਾ। ਮੈਂ ਇਹ ਕਹਿੰਦਾ ਵੀ ਇਹ ਇੰਡਸਟਰੀਆਂ ਸਾਡੇ ਕਿਉਂ ਨਹੀਂ ਲੱਗ ਸਕਦੀਆਂ? ਤੁਸੀਂ BJP ਨਾਲ, ਤੁਸੀਂ ਭਾਈਵਾਲ ਹੈਗੇ, BJP ਦੇ ਲੀਡਰ ਹੋ, ਤੁਸੀਂ ਕੋਰ ਕਮੇਟੀ ਮੈਂਬਰ ਹੋ, ਸੈਂਟਰ ਸਰਕਾਰ ਆ ਤੁਹਾਡੀ, ਤੁਹਾਡੀ ਗੱਲਬਾਤ ਹੋਈ ਹੈ ਕਿ ਆਪਾਂ ਪੰਜਾਬ ਦੇ ਵਿੱਚ ਜਿਵੇਂ ਪਹਿਲਾਂ ਤੁਸੀਂ ਪੈਪਸੀਕੋਲਾ ਫੈਕਟਰੀ ਲਿਆਂਦੀ ਸਭ ਤੋਂ ਪਹਿਲਾਂ, ਕੋਈ ਹੁਣ ਦੁਬਾਰਾ ਫਿਰ ਕੋਈ? ਜਿਹੜੀ ਪੈਪਸੀਕੋਲਾ ਦੀ ਫੈਕਟਰੀ ਵੀ ਲਿਆਂਦੀ ਨਾ ਜੀ, ਉਹਦਾ ਸਭ ਤੋਂ ਵੱਡਾ ਪਲਾਂਟ ਵੀ ਮੈਂ ਸੰਗਰੂਰ 'ਚ ਲਾਇਆ ਸੀ। ਤੁਸੀਂ ਰਸਤੇ 'ਚ ਆਇਓ ਨਾ ਜੀ, ਪਟਿਆਲੇ ਹੋ? ਇਹ ਚੰਨੋ ਕੋਲ ਲੱਗਿਆ? ਚੰਨੋ ਕੋਲ ਲੱਗਿਆ, ਚੰਨੋ ਕੋਲ, ਉਹ ਆਪਣਾ ਹੀ ਪਲਾਂਟ ਆ। ਬਾਈ ਉੱਥੇ ਨੀਂਹ ਪੱਥਰ ਰਖਵਾਇਆ ਸੀ ਵੀ ਸਾਡੇ ਸੰਗਰੂਰ ਦੇ ਵਿੱਚ ਲੱਗੇ 1 ਲੱਖ ਹੈਕਟੇਅਰ ਦੇ ਵਿੱਚ ਜਿੰਨੇ ਆਲੂ ਪੈਦਾ ਹੁੰਦੇ ਆ, ਸਾਰੇ ਆਲੂਆਂ ਦੇ ਚਿਪਸ ਉੱਥੇ ਮੈਨੂਫੈਕਚਰ ਹੁੰਦੇ ਆ, ਸਾਰੇ ਹਿੰਦੁਸਤਾਨ 'ਚ ਇੱਥੋਂ ਜਾਂਦੇ ਆ, ਔਰ ਉੱਥੇ ਹੀ ਕੌਨਸਨਟਰੇਟ ਦਾ ਪਲਾਂਟ ਆ। ਪੈਪਸੀਕੋਲਾ ਦੇ ਇੰਟਰਨੈਸ਼ਨਲ ਜਿਹੜੀ ਹੈ ਇਹ ਬ੍ਰੈਂਡਿੰਗ, ਇਹ ਕੌਨਸਨਟਰੇਟ ਪਲਾਂਟ ਯੂਜਲੀ ਲਾਉਂਦੇ ਨਹੀਂ। ਦੁਨੀਆ ਦੇ ਵਿੱਚ 3 ਜਾਂ 4 ਜਗ੍ਹਾ ਕੌਨਸਨਟਰੇਟ ਪਲਾਂਟ ਆ। ਜਿਹੜਾ ਇੱਥੋਂ ਦਾ ਚੰਨੋ ਦਾ ਪਲਾਂਟ ਆ, ਉਹਦੇ 'ਚ ਆਪਾਂ ਨੂੰ ਇੰਡੀਆ ਨੂੰ ਫੋਰਨ ਐਕਸਚੇਂਜ ਬਹੁਤ ਆਉਂਦੀ ਆ। ਸ਼੍ਰੀਲੰਕਾ, ਬੰਗਲਾਦੇਸ਼, ਪਾਕਿਸਤਾਨ, ਇਹ ਕੰਟਰੀ ਨੂੰ ਜਿਹੜਾ ਪੈਪਸੀਕੋਲਾ ਉੱਥੇ ਬਣਦਾ, ਉਹਦਾ ਕੌਨਸਨਟਰੇਟ ਚੰਨੋ ਤੋਂ ਜਾਂਦਾ। ਸੋ ਮੈਂ ਇਹੀਆਂ ਜੇ ਇੰਡਸਟਰੀ ਚਾਹੁੰਦਾ ਕਿ ਜਿੱਥੇ ਆਪਣੇ ਬਰਨਾਲਾ, ਸੰਗਰੂਰ, ਮਲੇਰਕੋਟਲਾ, ਆਪਣੇ ਇਸ ਇਲਾਕੇ ਦੇ ਵਿੱਚ ਜਿਹੜੇ ਬੱਚੇ ਸਾਡੇ ਅੱਜ ਰੁਜ਼ਗਾਰ ਦੇ ਲਈ ਕੈਨੇਡਾ ਜਾ ਰਹੇ ਆ, ਉਹ ਸਾਰੇ ਬੱਚਿਆਂ ਨੂੰ ਇੱਥੇ ਰੁਜ਼ਗਾਰ ਮਿਲੇ। ਵਿਕਾਸ ਦਾ ਹੀ ਮੇਰਾ ਇੱਕ ਮਤਲਬ ਜਿਹੜਾ ਹੈਗਾ ਕਿ ਵਿਕਾਸ ਹੋਣਾ ਚਾਹੀਦਾ। ਇਹ ਜਿਹੜੇ ਛੋਟੀ ਛੋਟੀ ਪੋਲੀਟਿਕਸ ਹਨ ਨਾ, ਮੈਂ ਤਾਂ ਬਹੁਤ ਉੱਪਰ ਹਾਂ, ਮੈਂ ਨਹੀਂ ਕਿਸੇ ਦੇ ਐਵੇਂ ਆਪਾਂ ਖਿਲਾਫ਼ ਕਰੀ ਜਾਣਾ। ਦੂਜੀਆਂ ਪਾਰਟੀਆਂ ਵਾਲੇ ਜਿਵੇਂ ਮੈਂ ਕਹਿੰਦਾ ਹੁੰਦਾ, ਉਹਨਾਂ ਦੀ ਰੇਸ ਆ ਜੀ ਕਿ ਮੈਂ ਆਪ ਅਪੋਜੀਸ਼ਨ ਲੀਡਰ ਬਣ ਜਾ, ਮੈਂ ਸਟੇਟ ਦਾ ਬਣ ਜਾ, ਮੈਂ ਕੱਲ੍ਹ ਨੂੰ ਚੀਫ ਮਿਨਿਸਟਰ ਬਣ ਜਾ। ਇੱਕ ਚੀਫ ਮਿਨਿਸਟਰ ਦੀ ਪੋਸਟ ਆ, 7 ਆਦਮੀ ਮਗਰ ਭੱਜੇ ਫਿਰਦੇ ਆ। ਉਹਨਾਂ ਤੋਂ ਪਹਿਲਾਂ ਇਹ ਦੇਖਣਾ ਚਾਹੀਦਾ ਵੀ ਤੁਸੀਂ ਆਪਣੇ ਇਲਾਕੇ ਲਈ, ਆਪਣੇ ਸੂਬੇ ਲਈ ਔਰ ਆਪਣੇ ਕੰਟਰੀ ਲਈ ਕੀ ਕੀਤਾ। ਹੁਣ ਬੇਅੰਤ ਸਿੰਘ ਮੁੱਖ ਮੰਤਰੀ ਹੁੰਦੇ ਸੀ, ਸਭ ਤੋਂ ਪਹਿਲਾਂ ਮੁੱਖ ਮੰਤਰੀ ਬਣਨ ਤੋਂ ਤੁਹਾਡੇ ਕੋਲ ਆਏ ਸੀ ਉਹ? ਹਾਂ, ਸਭ ਤੋਂ ਪਹਿਲਾਂ ਕਾਫੀ ਕਿਉਂ ਆਏ ਸੀ ਉਦੋਂ? ਸਰਦਾਰ ਬੇਅੰਤ ਸਿੰਘ ਨੂੰ ਪਤਾ ਸੀ ਕਿ ਡਿਵੈਲਪਮੈਂਟ ਓਰੀਐਂਟਡ ਆਦਮੀ ਆ। ਸਾਡੀਆਂ ਬੜੀਆਂ ਡਿਸਕਸ਼ਨ ਹੁੰਦੀਆਂ ਸਰਦਾਰ ਬੇਅੰਤ ਸਿੰਘ ਨਾਲ। ਮੈਂ ਉਹਨਾਂ ਨੇ ਕਿਹਾ ਸੀ ਪੰਜਾਬ ਦੇ ਵਿੱਚ ਜਦੋਂ ਅੱਤਵਾਦ ਸੀ ਨਾ, ਮੈਂ ਕਿਹਾ ਜੀ ਇਹ ਜਿਹੜੇ ਯੂਥ ਆ, ਇਹ ਆਪਣਾ ਪੰਜਾਬ ਦਾ ਯੂਥ, ਦੇਖੋ ਮੈਂ ਤੁਹਾਨੂੰ ਸੱਚਾਈ ਦੱਸਦਾ, ਪੰਜਾਬੀਆਂ ਵਰਗਾ ਇਮਾਨਦਾਰ, ਪੰਜਾਬੀਆਂ ਵਰਗਾ ਮਿਹਨਤੀ ਔਰ ਰੱਬ ਤੋਂ ਡਰਨ ਵਾਲਾ। ਹਰੇਕ ਗੱਲ 'ਚ ਪੰਜਾਬੀ ਕੌਮ ਜਿਹੜੀ ਅੱਗੇ ਆ, ਪਰ ਆਪਣੇ ਕਿਹੜੇ ਹੀਲੇ ਵਸੀਲੇ ਆ ਉਹ ਸਰਕਾਰਾਂ ਨੂੰ ਕਰਨੇ ਚਾਹੀਦੇ ਆ ਲੋਕਾਂ ਦੇ ਲਈ, ਯੂਥ ਦੇ ਲਈ, ਕਿਸਾਨੀ ਦੇ ਲਈ। ਹੁਣ ਮੈਂ ਕਿਸਾਨਾਂ ਦੇ ਲਈ ਕਹਿੰਦਾ ਕਿ ਕਿਸਾਨੀ ਨੂੰ ਲਾਹੇਵੰਦ ਹੋਣਾ ਚਾਹੀਦਾ। ਵਿਚਾਰੇ ਕਿਸਾਨ ਜਿਹੜੇ ਆ, ਜਿਹੜੇ ਕਿਸਾਨਾਂ ਦੇ ਨਾਲ ਮਜ਼ਦੂਰ ਆ, ਖੇਤ ਮਜ਼ਦੂਰ ਆ, ਉਹਨਾਂ ਲਈ ਵੀ ਹੁਣ ਨਰੇਗਾ ਦਾ ਵਿਚਾਰੇ ਆਪਣੇ ਕਿੰਨੇ ਜਿੰਨਾ ਪੈਸਾ ਇਸ ਵੇਲੇ ਪੰਜਾਬ 'ਚ ਆ ਰਿਹਾ, 1-1 ਰੁਪਈਆ ਜਿਹੜਾ ਸਾਰਾ ਸੈਂਟਰ ਦਾ ਆ ਰਿਹਾ। ਤੁਸੀਂ ਕਿਸਾਨਾਂ ਦੀ ਆਵਾਜ਼ ਉਠਾਈ ਕਦੇ BJP ਕੋਲ? ਬਿਲਕੁਲ, ਅਸੀਂ ਤਾਂ, ਮੈਂ ਤਾਂ ਜਦੋਂ ਕਿਸਾਨੀ ਸੋਚਿਆ ਸਭ ਤੋਂ ਪਹਿਲਾਂ ਬਿਆਨ ਮੇਰਾ ਸੀਗਾ। ਅੱਜ ਵੀ ਮੈਂ ਕਹਿੰਦਾ, ਮੇਰੀ ਗੱਲ ਧਿਆਨ ਨਾਲ ਸੁਣਿਓ, ਜਦੋਂ ਝਾੜੂ ਵਾਲਾਂ ਦੀ ਸਰਕਾਰ ਆਈ ਆ, ਇਹਨਾਂ ਦੇ ਜਿਹੜੇ ਕੇਜਰੀਵਾਲ ਜੀ ਨੇ, ਉਹਨਾਂ ਨੇ
ਇਹ ਕਿਹਾ ਸੀ ਵੀ ਅਸੀਂ 52,000 ਕਰੋੜ ਸਾਡੀ ਪਲੈਨਿੰਗ ਹੈ, ਹਰੇਕ ਸਾਲ ਟੈਕਸ ਦਾ ਇਕੱਠਾ ਕਰਿਆ ਕਰਾਂਗੇ ਰੇਤੇ 'ਚੋਂ ਔਰ ਸ਼ਰਾਬ ਤੋਂ। 2.5 ਲੱਖ ਕਰੋੜ ਸਿਰਫ ਕਰਜ਼ਾ ਹੈਗਾ ਪੰਜਾਬ ਦੇ ਉੱਪਰ, ਅਸੀਂ 5 ਸਾਲਾਂ 'ਚ ਜ਼ੀਰੋ ਕਰਜ਼ਾ ਕਰਦੇ ਹਾਂ। ਢਿੱਲੋਂ ਸਾਹਿਬ, ਮੇਰੇ ਤੁਹਾਨੂੰ ਸਵਾਲ ਇੱਕ ਕਿਸਾਨਾਂ ਵਾਲਾ ਸੀਗਾ, ਤੁਸੀਂ ਵੀ ਕਿਸਾਨ ਹੋ, ਅਤੇ ਤੁਹਾਨੂੰ ਲੱਗਦਾ ਵੀ ਜਿਹੜੇ ਕਿਸਾਨਾਂ ਦੇ ਮਸਲੇ ਹੁਣ, ਕਿਸਾਨ ਕਾਫੀ ਦੇਰ ਤੋਂ ਬੈਠੇ ਨੇ, ਆਪਾਂ ਦੇਖ ਰਹੇ ਹਾਂ ਵੀ ਸ਼ੰਭੂ ਬਾਰਡਰ ਬੈਠੇ ਆ, ਖਨੌਰੀ ਬੈਠੇ ਆ, ਔਰ ਲੋਕ ਵੀ ਕਾਫੀ ਪਰੇਸ਼ਾਨ ਨੇ, ਕਿਉਂਕਿ ਲੋਕ ਪਰੇਸ਼ਾਨ ਕਿਸਾਨਾਂ ਤੋਂ ਨਹੀਂ, ਲੋਕ ਪਰੇਸ਼ਾਨ ਰਸਤਾ ਬੰਦ ਤੋਂ ਆ, ਔਰ ਰਸਤਾ ਖੁੱਲ੍ਹ ਨਹੀਂ ਰਿਹਾ, ਅਦਾਲਤਾਂ ਦਾ ਵੀ ਵਿੱਚ ਦਖਲ ਹੈਗਾ ਹਰਿਆਣਾ ਸਰਕਾਰ ਅਤੇ ਪੰਜਾਬ ਦਾ, ਪਰ ਫਿਰ ਵੀ ਨਹੀਂ। ਕੀ ਤੁਸੀਂ ਕਦੇ ਪਹਿਲ ਕੀਤੀ ਹੈ ਕਿ ਆਪਾਂ ਕਿਸਾਨਾਂ ਨੂੰ ਸਮਝਾਈਏ, ਅਗਰ ਪਾਰਟੀ ਨੂੰ ਨਹੀਂ ਤਾਂ ਘੱਟੋ ਘੱਟ ਕਿਸਾਨਾਂ ਨੂੰ ਸਮਝਾ ਦਈਏ? ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ, ਮੈਂ ਹਮੇਸ਼ਾ ਕਹਿੰਦਾ ਕਿ ਜੇ ਆਪਾਂ ਇੱਥੋਂ ਚੁਣ ਕੇ ਆਪਣੇ ਨੁਮਾਇੰਦੇ ਭੇਜਾਂਗੇ ਬੀਜੇਪੀ ਦੇ ਪੰਜਾਬ ਦੇ, ਜਦੋਂ ਇਹ ਗੱਲ ਦਾ ਕੋਈ ਹੱਲ ਨਿਕਲਣਾ ਤਾਂ ਇਹ ਇੱਕ ਗੱਲ ਬੈਠ ਕੇ ਗੱਲ ਹੋਣੀ ਆ ਨਾ, ਕਿਸਾਨੀ ਦੀ ਗੱਲ ਜਿਵੇਂ ਆਪਾਂ ਟੇਬਲ ਟਾਕ ਕਹਿੰਦੇ ਹਾਂ, ਇੱਕ ਟੇਬਲ 'ਤੇ ਬਹਿ ਕੇ ਗੱਲਬਾਤ ਕਰਕੇ ਜਿਹੜੇ ਆਪਣੇ ਪੰਜਾਬ ਦੇ ਨੁਮਾਇੰਦੇ ਉਹਨਾਂ ਨੂੰ ਬੈਠ ਕੇ ਕਿਸਾਨੀ ਦੇ ਜਿਹੜੇ ਨਾਲ ਜੁੜੇ ਆ ਉਹਨਾਂ ਪੰਜਾਬ ਸੈਂਟਰ ਸਰਕਾਰ ਨਾਲ ਗੱਲ ਕਰਕੇ ਕਿ ਦੇਖੋ ਹੁਣ ਮੇਰੀ ਗੱਲ ਸੁਣੋ। ਮੈਨੂੰ ਯਾਦ ਆ ਕਿ ਜਦੋਂ ਮੈਂ ਕਾਂਗਰਸ 'ਚ ਹੁੰਦਾ ਸੀ, ਡਾਕਟਰ ਮਨਮੋਹਨ ਸਿੰਘ ਕੋਲ ਅਸੀਂ ਜਾਂਦੇ ਹੁੰਦੇ ਸੀ ਸਾਰੇ ਕਿ MSP ਵਧਾਉਣਾ, ਸਾਡੀ ਝੋਨਾ ਲੱਗਣਾ, ਸਾਨੂੰ ਬੜੀ ਮੁਸ਼ਕਿਲ ਨਾਲ 20 ਜਾਂ 30 ਰੁਪਏ MSP ਵੱਧਦੀ ਸੀ। ਨਰਿੰਦਰ ਮੋਦੀ ਜੀ ਨੇ, ਤੁਸੀਂ ਹੈਰਾਨ ਮੰਨੋਗੇ, ਪਹਿਲਾਂ 143 ਰੁਪਏ ਵਧਾਈ, ਆਹ ਜੇ ਝੋਨਾ ਆਪਾਂ ਲਾਉਣ ਹੀ ਲੱਗੇ 175 ਰੁਪਏ ਹੋਰ ਵਧਾਤੀ। ਜਿਹੜਾ ਹੁਣ ਅੱਜ ਠੇਕਾ 70,000-80,000 ਰੁਪਏ ਆ ਰਿਹਾ, ਇਹ ਨਹੀਂ ਹੈ ਕਿ ਆਪਣੀ ਜਿਹੜੀ ਪ੍ਰੋਡਕਸ਼ਨ ਵੱਧ ਗਈ, ਇਹ ਕੀਮਤਾਂ ਵੱਧ ਗਈਆਂ ਨੇ। ਅੱਜ ਵੀ ਮੈਂ ਕਿਸਾਨੀ ਨੂੰ ਕਹਿੰਦਾ ਕਿ ਜਿਹੜੀ ਆਪਾਂ MSP ਦੀ ਕਰ ਰਹੇ ਹਾਂ, MSP ਤਾਂ ਆਪਾਂ ਨੂੰ ਮਿਲ ਰਹੀ ਆ, ਜਿਹੜਾ ਆਪਾਂ ਝੋਨਾ ਕਣਕ ਪੈਦਾ ਕਰਦੇ ਉਹ ਸਰਕਾਰ ਖਰੀਦ ਰਹੀ ਆ, ਪਰ ਆਪਾਂ ਉਹਦੀ ਇਨਕਮ ਵਧਾਉਣੀ ਆ। ਕਿਸਾਨ ਦੀ ਇਨਕਮ ਕਿਵੇਂ ਵੱਧ ਸਕਦੀ ਆ, ਕਿਸਾਨ ਮਜ਼ਦੂਰ ਦੀ ਗਰੀਬ ਦੀ ਇਨਕਮ ਕਿਵੇਂ ਵੱਧ ਸਕਦੀ ਆ, ਆਪਾਂ ਨੂੰ ਉਹਤੇ ਜ਼ੋਰ ਦੇਣਾ ਪੈਣਾ। ਉਹ ਤਾਂ ਜਿਵੇਂ ਮੈਂ ਤੁਹਾਨੂੰ ਕਾਰਗੋ ਟਰਮੀਨਲ ਦੀ ਗੱਲ ਕੀਤੀ ਕਿ ਆਪਾਂ ਨੂੰ ਆਪ ਪੰਜਾਬ ਸਰਕਾਰ ਨੂੰ ਸੋਚਣਾ ਪੈਣਾ ਕਿ ਇਹੋ ਜਿਹੇ ਕਿਹੜੇ ਅਸੀਂ ਉਦਯੋਗ ਲਾਈਏ, ਇਹੋ ਜਿਹਾ ਕਿਹੜਾ ਅਸੀਂ ਨਵੇਂ ਕਿੱਤੇ ਕਰੀਏ, ਖੇਤੀ 'ਚ ਡਾਇਵਰਸੀਫਿਕੇਸ਼ਨ ਲਿਆਈਏ ਤਾਂ ਕਿ ਖੇਤੀ ਐਗਰੀਕਲਚਰ ਯੂਨੀਵਰਸਿਟੀ 'ਚ ਹੋਰ ਰਿਸਰਚ ਹੋਣ। ਇਸ ਚੀਜ਼ ਦਾ ਮੈਂ ਤਾਂ ਸੱਚਾਈ ਦੱਸਦਾ ਕਿ ਪੰਜਾਬ ਦੇ ਵਿੱਚ ਹਜੇ ਤੱਕ ਕੋਈ ਵਿਜ਼ਨ ਵਾਲੀ ਸਟੇਟਮੈਂਟ, ਕੋਈ ਵਿਜ਼ਨਰੀ ਜਿਹੜਾ ਲੀਡਰ, ਮੈਂ ਨਹੀਂ ਮੰਨਦਾ ਜਿਹੜਾ ਪੰਜਾਬ ਨੂੰ ਅੱਗੇ ਲਿਜਾਉਣ ਵਾਲਾ ਅੱਜ ਤੱਕ ਕੋਈ ਹੋਵੇ, ਉਹਦੀ ਜਿਹੜੀ ਸੋਚ ਹੋਵੇ ਕਿ ਦੇਖੋ ਮੈਂ ਤੁਹਾਨੂੰ ਸੱਚਾਈ ਦੱਸਦਾ, ਇਹ ਅੰਕੜੇ ਕਰਦੇ ਆ, ਆਪਾਂ ਕਿੰਨੇ ਸਾਲ ਪੰਜਾਬ ਨੰਬਰ 1 'ਤੇ ਰਿਹਾ, ਉੱਤਰ ਪ੍ਰਦੇਸ਼ 16ਵੇਂ ਨੰਬਰ 'ਤੇ ਸੀ, ਅੱਜ ਤੁਸੀਂ ਹੈਰਾਨ ਮੰਨੋਗੇ ਉੱਤਰ ਪ੍ਰਦੇਸ਼ ਨੰਬਰ 2 'ਤੇ ਆ ਡਿਵੈਲਪਮੈਂਟ ਐਜ ਏ ਸਟੇਟ, ਔਰ ਆਪਾਂ 16ਵੇਂ ਨੰਬਰ 'ਤੇ ਚਲੇ ਗਏ। ਢਿੱਲੋਂ ਸਾਹਿਬ, ਇੱਕ ਹੋਰ ਹੈ, ਇੱਕ ਬੜੀ ਚਰਚਾ ਚੱਲਦੀ ਹੈ, ਕਹਿੰਦੇ ਵੀ ਢਿੱਲੋਂ ਸਾਹਿਬ ਕੈਪਟਨ ਅਮਰਿੰਦਰ ਸਿੰਘ ਦੇ ਕਾਫੀ ਬਹੁਤ ਜ਼ਿਆਦਾ ਕਰੀਬੀ ਨੇ, ਕਿ ਕੋਈ ਰਿਸ਼ਤੇਦਾਰੀ ਪੈਂਦੀ ਹੈ ਜਾਂ ਕਾਰੋਬਾਰ ਸਾਂਝਾ? ਨਹੀਂ ਨਹੀਂ, ਕੋਈ ਕਾਰੋਬਾਰ ਸਾਂਝਾ ਨਹੀਂ। ਜਦੋਂ ਮੈਂ ਬਾਹਰੋਂ ਆਇਆ, ਕੈਪਟਨ ਸਾਹਿਬ ਐਗਰੀਕਲਚਰ ਮਿਨਿਸਟਰ ਸੀ ਜਦੋਂ ਮੈਂ ਪੈਪਸੀਕੋਲਾ ਲਿਆਂਦਾ, ਜੋ ਡਾਕਟਰ ਮਨਮੋਹਨ ਸਿੰਘ ਹੋ ਗਏ, ਰਾਜੀਵ ਗਾਂਧੀ ਹੋ ਗਿਆ, ਕੈਪਟਨ ਅਮਰਿੰਦਰ ਸਿੰਘ ਹੋ ਗਿਆ, ਜਿੰਨੇ ਲੋਕ ਆ, ਬੇਅੰਤ ਸਿੰਘ ਦੀ ਤੁਸੀਂ ਗੱਲ ਕੀਤੀ, ਜਦੋਂ ਕੋਈ ਡਿਵੈਲਪਮੈਂਟ ਓਰੀਐਂਟਡ ਲੋਕ ਆਦਮੀ ਹੋਏਗਾ, ਉਹ ਸਾਰੇ ਉਹਨੂੰ ਚਾਹੁੰਦੇ ਵੀ ਸਾਡੇ ਸੂਬੇ ਦੇ ਵਿੱਚ ਇਹ ਕੰਮ ਕਰ ਸਕਦਾ। ਸੋ ਮੈਂ ਤਾਂ, ਮੇਰਾ ਇੱਕੋ ਇੱਕ ਮੁੱਦਾ ਜਿਹੜਾ ਹੈਗਾ ਉਹ ਪੰਜਾਬ ਦੇ ਲਈ, ਖਾਸ ਕਰਕੇ ਆਪਣੇ ਏਰੀਏ ਦੇ ਲਈ ਵਿਕਾਸ ਦਾ, ਕਿ ਇੱਥੇ ਡਿਵੈਲਪਮੈਂਟ ਹੋਣੀ ਚਾਹੀਦੀ। ਢਿੱਲੋਂ ਸਾਹਿਬ, ਕੀ ਲੱਗਦਾ ਪੰਜਾਬ ਦੇ ਵਿੱਚ ਓਵਰਆਲ ਡਿਵੈਲਪਮੈਂਟ ਕਿਵੇਂ ਦੇਖਦੇ ਹੋ ਤੁਸੀਂ, ਕਿ 2.5 ਸਾਲ ਹੋ ਗਏ ਆਮ ਆਦਮੀ ਪਾਰਟੀ ਬਣੀ ਨੂੰ, ਅਤੇ ਜ਼ਿਮਨੀ ਚੋਣ ਪਹਿਲਾਂ ਹੋਈਆਂ ਵੀ ਨੇ, ਲੋਕ ਸਭਾ ਵੀ ਨਿਕਲ ਗਈਆਂ, ਤਾਂ ਹੁਣ ਅੱਗੇ ਫਿਰ 4 ਜ਼ਿਮਨੀ ਚੋਣਾਂ ਆਪਣੇ ਸਿਰ 'ਤੇ ਖੜੀਆਂ, ਖਾਸ ਕਰ ਤੁਹਾਡੀ ਬਰਨਾਲਾ ਦੀ ਜ਼ਿਮਨੀ ਚੋਣ ਨਾਲ ਤੁਹਾਡੇ ਹੈਗੇ, ਕਿਵੇਂ ਦੇਖਦੇ ਹੋ ਓਵਰਆਲ ਪੰਜਾਬ ਦੀ? ਤੁਸੀਂ ਮਾਲਵੇ 'ਚ ਆਏ ਹੋ, ਤੁਸੀਂ ਹੁਣੇ ਕਹਿੰਦੇ ਹੋ ਕਿ ਤੁਸੀਂ ਹੁਣੇ ਮਸਤੋਣਾ ਸਾਹਿਬ ਜਾ ਕੇ ਆਏ, ਐਜ ਏ ਜਰਨਲਿਸਟ ਤੁਸੀਂ ਮੈਨੂੰ ਦੱਸੋ ਕਿ ਪੰਜਾਬ ਦੇ ਲੋਕ 2.5 ਸਾਲ 'ਚ ਕੀ ਫੀਲ ਕਰਦੇ ਆ? ਲੁੱਟੇ ਲੁੱਟੇ, ਜੋ ਚਾਹੁੰਦੇ ਸੀ, ਜਿਹੜੇ
ਸੋਚ ਨਾਲ ਪੰਜਾਬ ਦੇ ਵਿੱਚ ਸਰਕਾਰ ਆਈ ਸੀ ਕਿ ਅਸੀਂ ਗਰੀਬਾਂ ਦੇ ਬੱਚਿਆਂ ਨੂੰ, ਜਿਹੜੇ ਲੋੜਵੰਦ ਦੇ ਬੱਚਿਆਂ ਨੂੰ, ਪੰਕਚਰ ਲਾਉਣ ਵਾਲਿਆਂ ਦੇ ਬੱਚਿਆਂ ਨੂੰ, ਰਾਜ ਸਭਾ 'ਚ ਕਿਸੇ ਜਿਹੜੀ ਆ ਚੋਣਾਂ ਹੁੰਦੀਆਂ ਨੇ, ਹੁਣ ਜਿਵਨੀ ਚੋਣਾਂ ਹੁੰਦੀਆਂ, ਕਿਤੇ ਦੱਸੋ ਕਿ ਆਮ ਆਦਮੀ ਪਾਰਟੀ ਨੇ ਕੋਈ ਜਿਹੜੇ ਵਿਚਾਰੇ ਜਿਨ੍ਹਾਂ ਦੇ ਗੱਲਾਂ ਕਰਦੇ ਸੀ, ਗੱਲਾਂ ਕਰਨ 'ਚ ਔਰ ਸਰਕਾਰ ਦੇ ਵਿੱਚ ਆਉਣ ਤੋਂ ਬਾਅਦ ਤੁਹਾਨੂੰ ਕੀ ਲੱਗਿਆ? ਦੱਸੋ ਕਦੇ ਤੁਹਾਡੇ 15 ਕਿਲੋਮੀਟਰ ਮੋਬਾਈਲਾਂ ਵਾਲੇ ਨੂੰ ਟਿਕਟ ਦਿੱਤੀ, MLA ਬਣ ਗਿਆ, ਮੋਬਾਈਲ ਠੀਕ ਕਰ ਟਿਕਟ ਦਿੱਤੀ ਨਾ ਉਗੋ, ਉਹ ਤਾਂ ਨਾਲ ਸਾਡੇ ਨਾਲ ਹੀ ਪੈਂਦਾ ਭਦੌੜ ਤੋਂ, ਲਾਭ ਸਿੰਘ ਉਗੋਕੇ ਤੋਂ ਬਾਅਦ, ਉਹ ਤਾਂ ਉਦੋਂ ਸਰਕਾਰ ਆਉਣ ਤੋਂ ਪਹਿਲਾਂ ਦੀ ਗੱਲ ਆ। 2.5 ਸਾਲ ਦੇ ਵਿੱਚ ਸਰਕਾਰ ਇਹ ਕੰਮ ਦੱਸੇ ਵੀ ਅਸੀਂ ਕਿਹੜੇ ਜਿਹੜੇ ਆਮ ਆਦਮੀ ਆਮ ਘਰਾਂ ਦੇ ਬੱਚਿਆਂ ਨੂੰ ਕਿੰਨੀਆਂ ਰੁਜ਼ਗਾਰ ਦਿੱਤੀਆਂ। ਇੱਥੇ ਬਰਨਾਲੇ ਆਏ ਸੀ 43,000 ਗਿਣਤੀ ਜਾ ਰਹੀ ਹੈ ਵੀ ਕਹਿੰਦੇ 43,000 ਨੌਜਵਾਨਾਂ ਨੂੰ ਤੁਸੀਂ ਉਹ ਵੈਰੀਫਾਈ ਕੀਤਾ, ਕਦੇ ਚੈੱਕ ਕੀਤਾ? ਸਾਡੇ ਇੱਥੇ ਆਏ ਕਹਿ ਜੀ ਅਸੀਂ ਨਿਯੁਕਤੀ ਪੱਤਰ ਦੇ ਰਹੇ ਹਾਂ, ਪਤਾ ਲੱਗਿਆ ਕਿ ਉਹ ਪ੍ਰਮੋਸ਼ਨ ਪੇਪਰ ਹੀ ਸੀ। SDO ਤੋਂ ਐਕਸ਼ਨ ਬਣਾਤਾ, ਤੁਹਾਨੂੰ ਮੈਂ ਪੇਪਰ ਦੇ ਰਿਹਾ, ਉਹ ਤਾਂ ਪ੍ਰਮੋਸ਼ਨ ਪੇਪਰ ਆ, ਤੁਸੀਂ ਉਹਨੂੰ ਨਿਯੁਕਤੀ ਪੇਪਰ ਕਹਿੰਦੇ ਹੋ। ਸੋ ਇਹ ਜਿਹੜੀਆਂ ਗੱਲਾਂ ਨੇ ਨਾ ਜੀ, ਕਿ ਡਿਵੈਲਪਮੈਂਟ ਦੀ ਗੱਲ ਜਿਹੜੀ ਆ ਉਹ ਡਿਵੈਲਪਮੈਂਟ ਦੇ ਨਾਲ ਹੀ ਹੋਣੀ ਚਾਹੀਦੀ। ਉੱਧਰ ਸਾਨੂੰ ਇਹ ਸੀਗਾ ਕਿ ਇਹਨਾਂ ਨੇ ਵਾਅਦਾ ਕੀਤਾ ਸੀ ਪੰਜਾਬ ਦੀਆਂ ਭੈਣਾਂ ਦੇ ਨਾਲ ਕਿ 1,000 ਰੁਪਇਆ ਅਸੀਂ ਹਜੇ ਪੰਜਾਬ ਦੀ ਜਿਹੜੀ ਮਹਿਲਾਵਾਂ ਨੇ ਉਹਨਾਂ ਨੂੰ ਦੇਵਾਂਗੇ। ਉੱਧਰ ਮੁੱਖ ਮੰਤਰੀ ਸਾਹਿਬ ਆਏ ਬਰਨਾਲੇ, ਰੱਖੜੀ ਦਾ ਤਿਉਹਾਰ ਸੀ, ਰੱਖੜੀ ਤੋਂ ਤਿਉਹਾਰ ਤੋਂ ਜ਼ਿਆਦਾ ਤਾਂ ਆਪਣੇ ਮਹਿਲਾਵਾਂ ਦਾ, ਭੈਣਾਂ ਦਾ ਉਦੋਂ ਵੱਡਾ ਤਾਂ ਕੋਈ ਤਿਉਹਾਰ ਨਹੀਂ ਹੁੰਦਾ। ਮੈਨੂੰ ਪੂਰੀ ਉਮੀਦ ਸੀ ਕਿ ਅੱਜ ਮੁੱਖ ਮੰਤਰੀ ਸਾਹਿਬ ਜ਼ਰੂਰ ਭੈਣਾਂ ਨੂੰ, ਜਿਹੜਾ 1,000 ਕਹਿੰਦੇ ਸੀ, ਫਿਰ ਕਹਿੰਦੇ ਸੀ 1,100 ਦੇਵਾਂਗੇ, ਅੱਜ 33,000 ਰੁਪਇਆ ਇਹਨਾਂ ਦਾ ਬਣਿਆ ਪਿਆ ਕਿ ਹਰੇਕ ਪੰਜਾਬ ਦੀ ਮਹਿਲਾਵਾਂ ਦਾ 33,000 ਰੁਪਇਆ ਦੇ ਕੇ ਜਾਣਗੇ, ਪਰ ਨਹੀਂ ਦਿੱਤਾ। ਇੱਕ ਆਪਾਂ ਕਿਵੇਂ ਦੇਖਦੇ, 300 ਯੂਨਿਟ ਫਰੀ ਹੈ, ਦੂਜੇ ਪਾਸੇ ਮੁਹੱਲਾ ਕਲੀਨਿਕ ਹੈ, ਕਹਿੰਦੇ ਸਕੂਲ ਆਫ ਐਮੀਨੈਂਸ ਹੈ, ਮਤਲਬ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਗਣਾਈਆਂ ਜਾ ਰਹੀਆਂ, ਤੁਸੀਂ ਦੱਸੋ ਸਾਰਾ ਕੇਵਲ ਸਿੰਘ ਢਿੱਲੋਂ ਕਿਵੇਂ ਦੇਖਦੇ ਹਾਂ? ਮੈਂ ਤਾਂ ਇਹਨਾਂ ਨੂੰ ਦੇਖਦਾ ਜੀ ਕਿ ਸਭ ਗੱਲਾਂ ਨੇ, 300 ਯੂਨਿਟ ਜਿਹੜੇ ਲਏ ਜਾ ਰਹੇ, ਮੈਂ ਤੁਹਾਨੂੰ ਹੁਣੇ ਦੱਸਤਾ, 75,000 ਕਰੋੜ ਰੁਪਇਆ ਪੰਜਾਬ 'ਤੇ ਕਰਜ਼ਾ ਚੜ੍ਹਾ ਕੇ ਤੁਸੀਂ ਫਰੀ ਦੇ ਦਿਓ। ਸਾਨੂੰ ਤਾਂ ਕਰਜ਼ਾ ਉਹੀ ਬੈਂਕ ਤੋਂ ਹੀ ਕਰਜ਼ਾ ਲੈ ਕੇ ਤੁਸੀਂ ਉਹੀ ਬਿੱਲ ਪੇ ਕਰੀ ਜਾਓ। ਇਹ ਤਾਂ ਇੱਕ ਬਾਇਆ ਮੀਡੀਆ ਹੋ ਗਿਆ ਕਿ ਸਰਕਾਰ ਲੈ ਲੈਂਦੀ ਹੈ, ਅੱਗੇ ਦੇ ਦਿੰਦੀ ਆ, ਠੀਕ ਹੈ। ਦੂਜਾ ਤੁਸੀਂ ਕੀ ਪੁੱਛਿਆ ਸੀ? ਇੱਕ ਸਕੂਲ ਆਫ ਐਮੀਨੈਂਸ ਦੀ, ਮੁਹੱਲਾ ਕਲੀਨਿਕ, ਮੁਹੱਲਾ ਕਲੀਨਿਕ ਦੀ ਗੱਲ ਕਰ ਲਓ, ਜਿਹੜੀਆਂ ਪੁਰਾਣੀਆਂ ਡਿਸਪੈਂਸਰੀਆਂ ਸੀ, ਹੁਣ ਤੁਸੀਂ ਹਰ ਰੋਜ਼ ਦਿਖਾ ਦਿੰਦੇ ਹੋ ਮੁਹੱਲਾ ਕਲੀਨਿਕ ਦੇ ਉੱਪਰ, ਇਹ ਜ਼ਰੂਰ ਆ ਕਿ ਫੋਟੋ ਲੱਗ ਗਈਆਂ। ਸਾਰਾ ਪੈਸਾ ਸੈਂਟਰ ਦਾ, ਜਿਹੜਾ ਨੈਸ਼ਨਲ ਹੈਲਥ ਮਿਸ਼ਨ ਦੇ ਥੱਲੇ ਪੈਸਾ ਆਇਆ, ਉਹ 'ਚ ਪੋਚਾ ਪਾਚੀ ਕਰਕੇ ਪੇਂਟ ਕਰਕੇ ਉਹਨੂੰ, ਉਸ 'ਤੇ ਵੀ BJP 'ਤੇ ਇਲਜ਼ਾਮ ਬੜਾ ਲੱਗਦਾ ਹੈ। ਉਹ ਕਹਿੰਦੇ ਵੀ BJP ਨਾ ਤਾਂ NHM ਦਾ ਪੈਸਾ ਦੇ ਰਹੀ ਹੈ, ਨੈਸ਼ਨਲ ਹੈਲਥ ਮਿਸ਼ਨ ਜਿਹੜਾ ਤੁਸੀਂ ਗੱਲ ਕੀਤੀ ਹੈ, ਅਤੇ ਇੱਕ ਰੂਰਲ ਡਿਵੈਲਪਮੈਂਟ ਦਾ ਪੈਸਾ ਕਹਿੰਦੇ ਕਾਫੀ ਰੋਕਿਆ ਪਿਆ। ਉਹ ਆਮ ਆਦਮੀ ਪਾਰਟੀ ਕਾਫੀ ਇਲਜ਼ਾਮ ਲਾਉਂਦੀ ਵੀ BJP ਸਾਨੂੰ ਸੈਂਟਰ ਦਾ ਪੈਸਾ ਜਿਹੜਾ ਆਉਣਾ ਉਹ ਦੇ ਨਹੀਂ ਰਹੀ। ਪਰ ਮੈਂ ਤੁਹਾਨੂੰ ਸੱਚਾਈ ਇੱਕ ਗੱਲ ਪੁੱਛਣੀ ਚਾਹੁੰਦਾ ਕਿ ਸੀਨੀਅਰ ਪੱਤਰਕਾਰ ਦੇ ਤੌਰ 'ਤੇ ਤੁਸੀਂ ਰਿਸਰਚ ਕਿਉਂ ਨਹੀਂ ਕਰਦੇ? ਇਹ ਜਿਹੜੀ ਮੁਹੱਲਾ ਕਲੀਨਿਕ ਦਾ ਪੈਸਾ ਆਇਆ, ਮਾਂਡਵੀਆ ਸਾਹਿਬ ਸਾਡੇ, ਮਨਸੁਖ ਮਾਂਡਵੀਆ ਜੀ ਉਦੋਂ ਹੈਲਥ ਮਿਨਿਸਟਰ ਸੀਗੇ, ਉਹਨਾਂ ਨੇ ਪੰਜਾਬ ਨੂੰ ਚਿੱਠੀ ਲਿਖੀ ਵੀ ਜਿਹੜੀ ਅਸੀਂ ਪੈਸਾ ਦਿੱਤਾ ਤੁਸੀਂ ਉਹਦਾ ਮਿਸਯੂਜ਼ ਕੀਤਾ, ਤੁਹਾਨੂੰ ਅਸੀਂ ਪੈਸਾ ਤਾਂ ਹੋਸਪਿਟਲਾਂ ਲਈ, ਕਲੀਨਿਕ ਦੇ ਲਈ ਦਿੱਤਾ ਸੀ, ਤੁਸੀਂ ਪੁਰਾਣਿਆਂ ਨੂੰ ਪੇਂਟ ਕਰਕੇ ਆਪਦੀ ਫੋਟੋ ਲਾ ਕੇ ਮਿਸਯੂਜ਼ ਕੀਤਾ। ਪਹਿਲਾਂ ਤਾਂ ਇਹਦੀ ਐਕਸਪਲੇਨੇਸ਼ਨ ਦਿਓ ਵੀ ਨਾਮ ਚੇਂਜ ਕਰੋ ਹੁਣ ਇਹਦਾ, ਨਾਮ ਚੇਂਜ ਕਰੋ ਜਦ ਇਹਦਾ, ਇਹ ਸਿਰਫ ਨਾਂ ਦੀ ਗੇਮ ਨਹੀਂ ਹੁੰਦੀ, ਇਹਦੇ ਵਿੱਚ ਦਵਾਈਆਂ ਹੋਣ, ਇਹ 'ਚ ਡਾਕਟਰ ਬੈਠੇ ਹੋਣ। ਹੁਣ ਤੁਸੀਂ ਰੋਜ਼ ਤੁਹਾਡੇ ਚੈਨਲਾਂ 'ਤੇ ਤੁਸੀਂ ਸਾਨੂੰ ਸਵਾਲ ਪੁੱਛ ਲੈਂਦੇ ਹੋ, ਆਪਦੇ ਚੈਨਲ 'ਤੇ ਦਿਖਾ ਦਿੰਦੇ ਹੋ ਜੀ ਕਿ ਆਹ ਮੁਹੱਲਾ ਕਲੀਨਿਕ ਦੇ ਵਿੱਚ ਡਾਕਟਰ ਵੀ ਨਹੀਂ ਹੈਗਾ, ਕੋਈ ਪੇਸ਼ੈਂਟ ਗਏ ਉੱਥੇ ਡਾਕਟਰ, ਸਾਨੂੰ ਕੋਈ ਡਾਕਟਰ ਨਹੀਂ ਮਿਲਿਆ ਨਾ ਕੋਈ ਦਵਾਈ ਆ, ਔਰ ਉਹਦਾ ਰੰਗ ਹੁਣ ਤਾਂ ਵਿਚਾਰਾ ਰੰਗ ਵੀ ਲੈਣ ਲੱਗ ਗਏ। ਸੋ ਇਹ ਜਿਹੜੀਆਂ ਗੱਲਾਂ ਨੇ ਨਾ, ਇਹ ਲੋਕਾਂ ਨੂੰ ਸਭ
ਜਿਹੜੇ ਲੋਕ ਜਿਵੇਂ ਕਹਿੰਦੇ ਆ ਜੇ ਲੋਕ ਸਭ ਜਾਣ ਪਬਲਿਕ ਸਭ ਜਾਣਤੀ ਹੈ, ਖਾਸ ਕਰਕੇ ਸਾਡੇ ਇਸ ਇਲਾਕੇ ਤਾਂ ਕਹਿੰਦੇ ਆ ਕਿ ਸਰਦਾਰ ਭਗਵੰਤ ਸਿੰਘ ਮਾਨ ਹੀ ਕਹਿੰਦੇ ਹੁੰਦੇ ਸੀ ਕਿ ਮਾਲਵੇ ਵਾਲੇ ਤਾਂ ਇਹੋ ਜਿਹਾ ਜਾਂ ਅਰਸ਼ 'ਤੇ ਜਾਂ ਫਰਸ਼ 'ਤੇ। ਹੁਣ ਲੋਕਾਂ ਨੂੰ ਸਭ ਪਤਾ ਲੱਗ ਗਿਆ ਵੀ ਇਹ ਸਭ ਜਿਹੜੇ ਡਰਾਮੇ ਨੇ, ਗੱਲਾਂ ਨੇ, ਇਹਨਾਂ ਦਾ ਇਹਨਾਂ ਦੀ ਭਰਵਾਈ ਨਹੀਂ ਕੀਤੀ। ਹੁਣ ਲੋਕ ਤੁਸੀਂ ਦੇਖਿਓ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਇਹਨਾਂ ਨੂੰ ਥੱਲੇ ਸੁੱਟਣ। ਚਲੋ ਸਰ, ਜਿਮਨੀ ਚੋਣ ਹੋਣ ਜਾ ਰਹੀ ਹੈ ਬਰਨਾਲੇ, ਤੁਸੀਂ ਸਵੇਰੇ ਮੇਲਾ ਦਾ 2-3 ਘੰਟੇ ਕਾਫੀ ਲੋਕਾਂ ਨੂੰ ਮਿਲਦੇ ਹੋ, ਤਾਂ ਲੋਕਾਂ ਦੀਆਂ ਕਿੱਦਾਂ ਦੀਆਂ ਸਮੱਸਿਆਵਾਂ ਆਉਂਦੀਆਂ ਤੁਹਾਨੂੰ ਕੋਲ? ਅਸੀਂ ਤਾਂ ਹੁਣੇ ਜਾ ਕੇ ਆਏ ਨਾ ਜੀ ਪਿੰਡਾਂ 'ਚ, ਸਾਰੇ ਅਸੀਂ ਤੁਰੇ ਫਿਰਦੇ ਹਾਂ। ਲੋਕ ਕਹਿੰਦੇ ਜੀ ਜੋ ਤੁਸੀਂ ਕਰ ਗਏ ਢਿੱਲੋਂ ਸਾਹਿਬ, ਅਸੀਂ ਹੁਣ ਸੇਖੇ ਪਿੰਡ ਜਾ ਕੇ ਆਏ ਹਾਂ, 20 ਲੱਖ ਤੋਂ ਜ਼ਿਆਦਾ ਇੰਟਰਲੋਕ ਟਾਇਲ ਲੱਗੇ ਜਗ੍ਹਾ ਜਗ੍ਹਾ। ਉਹ ਕਹਿੰਦੇ ਜੀ ਤੁਹਾਡਾ 3 ਕਰੋੜ ਰੁਪਇਆ ਤੁਸੀਂ ਸਾਨੂੰ ਦਿੱਤਾ ਸੀ, ਉਸ ਤੋਂ ਬਾਅਦ ਸਾਡਾ ਰੁਪਈਆ ਨਹੀਂ ਆਇਆ, 40 ਲੱਖ ਹਜੇ ਲੱਗਿਆ ਨਹੀਂ ਸੀ, ਉਹ ਸਾਡਾ ਇਹਨਾਂ ਨੇ ਬੰਦ ਕਰਾਤਾ, ਉਹ 40 ਲੱਖ ਤੁਹਾਡੇ ਵਾਲਾ ਨਹੀਂ ਲੱਗਣ ਦੇ ਰਹੇ, ਬਾਕੀ ਆਪ ਤਾਂ ਕੀ ਦੇਣਾ ਸੀ, 1 ਰੁਪਈਆ ਨਹੀਂ ਦਿੱਤਾ। ਉਸ ਤੋਂ ਬਾਅਦ ਜੇ ਕੋਈ ਸਕੀਮ ਆ ਵੀ ਰਹੀ ਆ, ਉਹ ਸਿਰਫ ਸੈਂਟਰ ਦੀ ਸਪੋਂਸਰ ਸਕੀਮ ਆ, ਨਾ ਕਿ ਇਹਨਾਂ ਵੱਲੋਂ। ਜੇਕਰ ਕੇਵਲ ਸਿੰਘ ਢਿੱਲੋਂ ਜਦੋਂ MLA ਬਣਦੇ ਆ ਜਿਮਨੀ ਚੋਣ 'ਚ ਪ੍ਰਮੁੱਖ ਦਾਅਵੇਦਾਰ ਹੋ BJP ਤੋਂ, ਪਹਿਲਾ ਕੰਮ ਕੋਈ ਤੁਹਾਨੂੰ ਲੱਗਿਆ ਸੋਚਿਆ ਹੋਵੇ ਵੀ ਆਪਾਂ ਪਹਿਲਾਂ ਵੀ ਕਾਫੀ ਕੰਮ ਕਰਾਏ ਆ, ਫਲਾਈਓਵਰ ਬਣਾਏ, ਕੋਰਟ ਕੰਪਲੈਕਸ ਬਣਾਏ, ਹੋਰ ਵੱਡੇ ਵੱਡੇ ਕੰਮ ਕਰਾਏ, ਕੋਈ ਹੁਣ ਆਉਣ ਵਾਲੇ ਸਮੇਂ 'ਚ ਕਿਹੜਾ ਕੰਮ ਵੀ ਆਪਾਂ ਨੇ ਇਹ ਪਹਿਲਾਂ ਹੁਣ ਕਰਾਉਣਾ ਵੀ ਇਹ ਰਹਿ ਗਿਆ ਕਿਸੇ ਸਰਕਾਰ ਤੋਂ ਨਹੀਂ ਹੋਇਆ ਤੁਹਾਡੇ ਤੋਂ ਬਾਅਦ? ਦੇਖੋ ਮੈਂ ਤਾਂ ਜਿਵੇਂ ਕਹਿੰਦਾ ਹੈਲਥ ਦਾ ਹੋਸਪਿਟਲ ਦੀ ਗੱਲ ਕੀਤੀ, ਹਾਂ, ਵੱਡੇ ਜਿਵੇਂ ਇੱਥੇ ਫੋਕਲ ਪੁਆਇੰਟ ਆ, ਕੋਈ ਵੱਡਾ ਇੰਡਸਟਰੀਅਲ ਪੁਆਇੰਟ ਹੋਵੇ ਇਸ ਇਲਾਕੇ ਦੇ ਵਿੱਚ, ਕੋਈ ਵੱਡੀ ਇੰਡਸਟਰੀ ਆਵੇ, ਰੁਜ਼ਗਾਰ ਮਿਲੇ, ਸਾਡੇ ਬੱਚੇ ਜਿਹੜੇ ਇਸ ਵੇਲੇ ਸਾਰੇ ਬਾਹਰ ਜਾ ਰਹੇ, ਤੁਹਾਨੂੰ ਪਤਾ ਕੈਨੇਡਾ ਦੇ ਵਿੱਚ ਕੈਨੇਡੀਅਨ ਗਵਰਨਮੈਂਟ ਨੇ ਵੀ ਹੁਣ ਇੰਨੀਆਂ ਪਾਬੰਦੀਆਂ ਲਾਤੀਆਂ ਕਿ ਜਿਹੜੇ ਵਿਚਾਰੇ ਇੱਥੋਂ ਗਰੀਬ, ਉਹਨਾਂ ਦੇ ਜਿਹੜੇ ਮਾਪੇ ਨੇ ਵਿਚਾਰੇ ਕਰਜ਼ਾ ਚੱਕ ਕੇ ਬੱਚੇ ਨੂੰ ਬਾਹਰ ਭੇਜਦੇ ਆ, ਬੱਚਾ ਉੱਥੇ ਬਹੁਤ ਔਖਾ ਹੁੰਦਾ, ਪਹਿਲਾਂ ਪੜ੍ਹਾਈ ਕਰਦਾ, ਅੱਗੇ ਉਹਨੂੰ ਪਰਮਨ ਨਹੀਂ ਮਿਲਦਾ, ਨੌਕਰੀ ਨਹੀਂ ਮਿਲਦੀ। ਸੋ ਅਸੀਂ ਬਾਹਰ ਧੱਕੇ ਕਿਉਂ ਖਾਈਏ, ਜੇ ਸਾਡੇ ਇੱਥੇ ਇੰਡਸਟਰੀ ਹੋ ਜੇ, ਸਾਡੇ ਬੱਚਿਆਂ ਨੂੰ ਇੱਥੇ ਰੁਜ਼ਗਾਰ ਮਿਲੇ। ਇਹ ਮੇਰਾ ਇੱਕ ਇਹ ਚੀਜ਼ ਆ ਵੀ ਸਾਡੇ ਆਪਣੇ, ਮੈਂ ਸਮੂਹ ਪੰਜਾਬ ਦੀ ਗੱਲ ਹੀ ਕਰ ਰਿਹਾ ਕਿ ਪੰਜਾਬ ਲੈਵਲ 'ਤੇ ਜਿਹੜਾ ਸਾਡਾ ਪਹਿਲਾ ਨੰਬਰ 1 'ਤੇ ਹੁੰਦਾ ਸੀ ਸੂਬਾ, ਜਿਵੇਂ ਅੱਜ ਵੱਡੇ ਵੱਡੇ ਪ੍ਰੋਜੈਕਟ ਕੋਈ 2 ਲੱਖ ਕਰੋੜ ਦਾ ਆ ਰਿਹਾ ਜੀ, ਅੱਜ ਦੇਖੋ ਮੋਦੀ ਸਾਹਿਬ ਨੇ ਕਮਾਲ ਕਰਤੀ। ਮੈਂ ਤਾਂ ਇਹ ਗੱਲ ਕਹਿੰਦਾ ਵੀ ਪੰਜਾਬ ਦਾ ਭਲਾ ਉਦੋਂ ਹੋਣਾ ਜਦੋਂ ਪੰਜਾਬ ਦੇ ਵਿੱਚ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਵੇਗੀ। ਅੱਜ ਲੋਅ ਆਰਡਰ 'ਤੇ ਲਾ ਲਓ, ਡਿਵੈਲਪਮੈਂਟ 'ਤੇ ਲਾ ਲਓ, ਕਿਸੇ ਪੈਮਾਨੇ 'ਤੇ ਲਾ ਲਓ, ਪੰਜਾਬ ਬਿਲਕੁਲ ਥੱਲੇ ਆ। ਦੂਜੀ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਕੋਈ ਵਿਰੋਧੀ ਧਿਰ ਨਹੀਂ, ਜਿਹੜੀ ਕਾਂਗਰਸ ਆ ਇੱਥੇ ਤਾਂ ਗੱਲਾਂ ਕਰਦੇ ਆ, ਦਿੱਲੀ ਜੱਫੀਆਂ ਪਾਉਂਦੇ ਆ, ਇਹ ਆਪਸ ਵਿੱਚ ਹੀ ਮਿਲੇ ਹੋਏ ਆ। ਸੋ ਜਿਹੜੀ ਮੌਜੂਦਾ ਸਰਕਾਰ, ਉਹਨੂੰ ਵਿਰੋਧੀ ਧਿਰ ਦਾ ਡਰ ਹੀ ਨਹੀਂ ਹੈ। ਸੋ ਇਹ ਸਾਰੀਆਂ ਗੱਲਾਂ ਕਰਕੇ ਪੰਜਾਬ ਦੇ ਵਿੱਚ ਇਸ ਵੇਲੇ ਲੋਅ ਆਰਡਰ ਦੀ ਰੋਜ਼ ਤੁਸੀਂ ਪੜ੍ਹਦੇ ਹੋ। ਕੱਲ੍ਹ ਮੈਂ ਦੇਖ ਰਿਹਾ ਸੀ ਇੱਕ ਵਿਚਾਰਾ ਕਿੱਥੇ ਫੈਕਟਰੀ ਤੋਂ ਨਿਕਲ ਸਾਈਕਲ 'ਤੇ ਆ ਰਿਹਾ ਸੀ, 2 ਬਦਮਾਸ਼ਾਂ ਨੇ ਉਹਨੂੰ ਕੁੱਟਤਾ, ਔਰ ਉਸ ਤੋਂ 2 ਦਿਨ ਪਹਿਲਾਂ ਅੰਮ੍ਰਿਤਸਰ 'ਚ ਕੋਈ NRI ਆਇਆ, ਉਹਨੂੰ ਘਰ 'ਚ ਵੜ ਕੇ ਗੋਲੀਆਂ ਮਾਰਤੀਆਂ। ਹਰ ਰੋਜ਼ ਤੁਸੀਂ ਸ਼ਾਮ ਨੂੰ ਤੁਸੀਂ ਨਿਊਜ਼ 'ਤੇ ਦੇਖ ਲਓ, ਤੁਹਾਨੂੰ ਇਹੀ ਚੀਜ਼ਾਂ ਮਿਲਦੀਆਂ। ਲਾਅਲੈਸਨੈਸ ਪੰਜਾਬ ਦੇ ਵਿੱਚ, ਇੰਨਾ ਕਾਨੂੰਨ ਵਿਵਸਥਾ ਇੰਨੀ ਮਾੜੀ ਆ, ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਢਿੱਲੋਂ ਸਾਹਿਬ, ਇੱਕ ਆਖਰੀ ਸਵਾਲ ਹੈ, ਕਹਿੰਦੇ ਸੁਖਬੀਰ ਸਿੰਘ ਬਾਦਲ ਵੀ ਕਦੇ ਚਾਹੁੰਦੇ ਸੀ, ਮੈਂ ਸੁਣਿਆ ਕਹਿੰਦੇ ਵੀ ਉਹ ਕਹਿੰਦੇ ਸੀ ਵੀ ਮੈਂ ਵੀ ਕੇਵਲ ਸਿੰਘ ਢਿੱਲੋਂ ਵਾਂਗ ਕੰਮ ਕਰਨੇ, ਜਿਵੇਂ ਕੇਵਲ ਸਿੰਘ ਢਿੱਲੋਂ ਤੁਹਾਡੇ ਮਰੀਜ਼ ਬਹੁਤ ਸੀਗੇ ਕੰਮ ਕਰਦੇ ਹੋ। ਸੁਖਬੀਰ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਨੇ ਜੋ ਮਰਜ਼ੀ ਕੋ ਆਪਦੇ ਟਾਈਮ 'ਚ ਆ ਜਿਹੜੇ ਨੈਸ਼ਨਲ ਹਾਈਵੇ 'ਚ ਸੈਂਟਰ ਨੇ ਬਣਾਏ, ਪਰ ਹਿੰਮਤ ਤਾਂ ਕੀਤੀ ਨਾ। ਸੋ ਇਸ ਕਰਕੇ ਮੈਂ ਤਾਂ ਕਹਿੰਦਾ ਵੀ ਡਿਵੈਲਪਮੈਂਟ ਜ਼ਰੂਰ ਹੋਣੀ ਚਾਹੀਦੀ, ਮੈਂ ਹਰੇਕ ਉਸ ਆਦਮੀ ਨੂੰ ਐਪਰੀਸ਼ੀਏਟ ਕਰਦਾ ਜਿਹੜਾ ਡਿਵੈਲਪਮੈਂਟ ਦਾ ਕੰਮ ਕਰੇ। ਜਦੋਂ ਤੁਸੀਂ ਕਿਸੇ ਕਿੱਤੇ ਦੇ ਵਿੱਚ ਆਉਂਦੇ ਹੋ, ਸਿਆਸਤ ਦੇ ਵਿੱਚ ਆਉਂਦੇ ਹੋ, ਲੋਕਾਂ ਦੀ ਨੁਮਾਇੰਦਗੀ ਕਰਦੇ ਹੋ, ਤਾਂ ਲੋਕਾਂ ਲਈ ਸਹੂਲਤਾਂ ਪੈਦਾ ਕਰਨੀਆਂ, ਲੋਕਾਂ ਲਈ ਕਿੱਤੇ ਪੈਦਾ ਕਰਨੇ, ਆਉਣ ਵਾਲੀਆਂ ਜਨਰੇਸ਼ਨਾਂ ਲਈ। ਜਿਵੇਂ ਹੁਣ ਆਪਣਾ ਦੇਸ਼ ਆ, ਹੁਣ ਦੇਖੋ ਅਮੈਰੀਕਾ ਵੀ ਆਪਣੇ ਨਰਿੰਦਰ ਮੋਦੀ ਜੀ ਨੂੰ
ਉਹਨਾਂ ਦਾ ਪ੍ਰਾਈਮ ਮਿਨਿਸਟਰ ਕਹਿੰਦਾ ਮੈਂ ਲਾਈਨ 'ਚ ਲੱਗ ਕੇ ਤੁਹਾਡੇ ਆਟੋਗ੍ਰਾਫ ਲਵਾਂ। ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਕਹਿੰਦਾ ਯੂ ਆਰ ਦਾ ਬੋਸ। ਉਹ ਪੱਪੂ ਨੂੰ ਗਿਨੀ ਵਾਲਾ ਕਹਿੰਦਾ ਮੈਂ ਤਾਂ ਜੀ ਕਰਦਾ ਤੁਹਾਡੇ ਪੈਰੀਂ ਹੱਥੀ ਲਾਵਾਂ। ਜਿੱਥੇ ਵੀ ਨਰਿੰਦਰ ਮੋਦੀ ਜੀ, ਹੁਣ ਦੇਖੋ ਅਮਰੀਕਾ ਦੇ ਪ੍ਰੈਜੀਡੈਂਟ ਨੇ ਪਰਸੋਂ ਐਪਰੀਸ਼ੀਏਟ ਕੀਤਾ ਕਿ ਯੂਕਰੇਨ ਗਏ ਆ, ਯੂਕਰੇਨ ਅਤੇ ਰਸ਼ੀਆ ਦਾ ਜੇ ਕੋਈ ਸਮਝੌਤਾ ਕਰਾ ਸਕਦਾ ਸ਼੍ਰੀ ਨਰਿੰਦਰ ਮੋਦੀ ਜੀ ਕਰਾ ਸਕਦੇ, ਇੱਕ ਵਰਲਡ ਦੇ ਲੀਡਰ ਬਣੇ ਹੋਏ ਆ। ਸੋ ਮੈਂ ਇਹ ਕਹਿੰਦਾ ਵੀ ਇਸ ਤਰ੍ਹਾਂ ਜਿਹੜਾ ਕੋਈ ਲੀਡਰ ਆ ਜਾਂ ਕੋਈ ਨੁਮਾਇੰਦਾ, ਸਿਆਸੀ ਨੁਮਾਇੰਦਾ ਹੁੰਦਾ, ਉਹਨੂੰ ਆਪਦੇ ਲੋਕਾਂ ਲਈ ਇਹੋ ਜਿਹੇ ਕੰਮ ਕਰਨੇ ਚਾਹੀਦੇ ਆ ਜਿਹੜੇ ਲੈ ਰੁਜ਼ਗਾਰ ਹੋਵੇ ਆਉਣ ਵਾਲੇ ਯੂਥ ਨੂੰ। ਇਸ ਵੇਲੇ ਪੰਜਾਬ ਦਾ ਯੂਥ ਜਿਹੜਾ ਨਸ਼ਿਆਂ 'ਚ ਆ, ਨਸ਼ੇ 'ਚੋਂ ਕਿਵੇਂ ਕੱਢ ਸਕਦੇ ਹੋ? ਮੈਂ ਕਿਸੇ ਯੂਥ ਦੀ ਇਹ 'ਚ ਮੈਂ ਸੱਚਾਈ ਦੱਸਦਾ ਤੁਹਾਨੂੰ, ਸਾਡੇ ਨੌਜਵਾਨਾਂ ਦਾ ਕਸੂਰ ਨਹੀਂ, ਇਹ ਸਾਡਾ ਕਸੂਰ ਆ ਕਿ ਅਸੀਂ ਉਹਨਾਂ ਲਈ ਰੁਜ਼ਗਾਰ ਨਹੀਂ ਪੈਦਾ ਕਰ ਸਕੇ। ਜਦੋਂ ਡਿਪਰੈਸ਼ਨ, ਤੁਸੀਂ ਘਰੇ ਬੈਠੇ ਹੋ, ਜੇ ਤੁਸੀਂ ਸਵੇਰੇ ਨੌਕਰੀ 'ਤੇ ਜਾਓਗੇ ਤੁਹਾਡਾ ਸਾਰਾ ਦਿਨ ਕੰਮ ਹੋਏਗਾ। ਹੁਣ ਅਮਰੀਕਾ 'ਚ 7 ਘੰਟੇ ਜਾਂ 8 ਘੰਟੇ ਲੱਗਦੇ ਆ, ਪੂਰਾ ਕੰਮ ਲੈਂਦੇ ਆ। ਜਪਾਨ 'ਚ ਇੱਕ ਇੱਕ ਮਿੰਟ ਦੀ ਆਊਟਪੁੱਟ ਆ। ਸੋ ਇਹ ਆਪਣੇ ਜਦੋਂ ਇੱਥੇ ਇੰਡਸਟਰੀਆਂ ਲੱਗਣਗੀਆਂ, ਰੁਜ਼ਗਾਰ ਮਿਲੇਗੀ, ਤਾਂ ਇਹ ਨਸ਼ੇ ਦਾ ਸਾਰੀ ਚੀਜ਼ ਦਾ ਹੱਲ ਜਿਹੜਾ ਹੈਗਾ ਇਹ ਡਿਵੈਲਪਮੈਂਟ ਆ। ਇਹ ਡਿਵੈਲਪਮੈਂਟ ਕਰਾਉਣੀ ਚਾਹੀਦੀ ਹੈ ਸਰਕਾਰ ਨੂੰ। ਜਦੋਂ ਆਪਾਂ ਸਰਕਾਰ ਡਿਵੈਲਪਮੈਂਟ ਤੋਂ ਫੇਲ ਹੋ ਜਾਂਦੇ, ਆਪਣਾ ਵਿਜ਼ਨ ਹੀ ਨਹੀਂ ਹੈ। ਆਪਾਂ ਗੱਲਾਂ ਬਹੁਤ ਮਾਰਦੇ ਹਾਂ, ਕੋਈ ਚੁਟਕਲੇ ਸੁਣਾ ਕੇ ਜਾਂ ਟਿੱਚਰਾਂ ਕਰਕੇ ਡਿਵੈਲਪਮੈਂਟ ਨਹੀਂ ਹੁੰਦੀ। ਡਿਵੈਲਪਮੈਂਟ ਹੋਏਗੀ ਜਦੋਂ ਤੁਹਾਡਾ ਇੱਕ ਵਿਜ਼ਨ ਹੋਏਗਾ ਕਿ ਮੈਂ ਆਹ ਕਰਨਾ ਇੱਥੇ, ਮੈਂ ਆਹ ਕਰਨਾ। ਉਹ ਚੀਜ਼ਾਂ ਜਿਹੜੀਆਂ ਨੇ ਇੱਕ ਮਿਸ਼ਨ ਦੇ ਤੌਰ 'ਤੇ, ਇੱਕ ਪਲੈਨਿੰਗ ਦੇ ਤੌਰ 'ਤੇ। ਹੁਣ ਸੈਂਟਰ ਦੀ ਗੱਲ ਜਿਵੇਂ ਤੁਸੀਂ ਕਿਹਾ ਵੀ ਪੈਸਾ ਦਿੰਦਾ, ਸੈਂਟਰ 'ਚ ਜਿਵੇਂ ਬਜਟ ਪੇਸ ਹੁੰਦਾ 50,000 ਕਰੋੜ ਜਾਂ 1,00,000 ਕਰੋੜ ਆਪਾਂ ਰੂਰਲ ਡਿਵੈਲਪਮੈਂਟ ਲਈ ਰੱਖਤਾ, ਉਹਦੇ 'ਚ ਹਰੇਕ ਸਟੇਟ ਆਪਣੀ ਪਲੈਨਿੰਗ ਕਰਕੇ ਆਪਦੀ ਪ੍ਰੋਜੈਕਟ ਲਿਜਾ ਕੇ ਉੱਥੇ ਸਬਮਿਟ ਕਰਦੇ ਵੀ ਅਸੀਂ ਆਹ ਕਰਨਾ ਚਾਹੁੰਦੇ, ਉਹ ਤੁਹਾਨੂੰ ਐਲੋਕੇਟ ਕਰ ਦਿੰਦੀ ਆ। ਹੁਣ ਤੁਸੀਂ ਜਿਹੜੇ ਸਾਊਥ ਦੀਆਂ ਸਟੇਟਾਂ ਨੇ, ਉਹ ਕੰਮ ਕਰਕੇ ਆਪਦੀ ਪਲੈਨਿੰਗ ਕਰਦੇ ਆ, ਉਹ ਪੈਸਾ ਲੈ ਜਾਂਦੇ ਆ, ਆਪਾਂ ਰਹਿ ਜਾਂਦੇ ਹਾਂ। ਸੋ ਇਸ ਕਰਕੇ ਆਪਾਂ ਨੂੰ ਸੈਂਟਰ ਦੇ ਵਿੱਚ ਜਿਹੜਾ ਹਿੱਸਾ ਜ਼ਰੂਰ ਲੈਣਾ ਚਾਹੀਦਾ। ਮੈਂ ਮੰਨਦਾ ਕਿ ਦੇਖੋ ਆਪਾਂ ਵੀ ਪੰਜਾਬ ਦਾ, ਪੰਜਾਬ ਜਿਹੜਾ ਹੈਗਾ ਹਿੰਦੁਸਤਾਨ ਦਾ, ਭਾਰਤ ਦਾ ਹਿੱਸਾ ਹੈਗੇ ਹਾਂ, ਆਪਾਂ ਨੂੰ ਬਣਦਾ ਹਿੱਸਾ ਮਿਲਣਾ ਚਾਹੀਦਾ। ਪਰ ਆਪਾਂ ਨੂੰ ਵੀ ਇਹਦੇ ਲਈ ਪੂਰਾ ਤਸੱਦਦ ਕਰਕੇ ਪਲੈਨਿੰਗ ਦੇ ਨਾਲ ਸੈਂਟਰ ਦੇ ਨਾਲ ਮਿਲ ਕੇ ਜੋ ਸਕੀਮਾਂ ਨੇ ਉਹਨਾਂ ਦਾ ਲਾਭ ਉਠਾਉਣਾ ਚਾਹੀਦਾ। ਚਲੋ ਸਰ, ਇੱਕ ਸਵਾਲ ਹੈ, ਲਾਸਟ ਸਵਾਲ ਹੈ ਤੁਹਾਡਾ, ਵੀ ਤੁਸੀਂ ਕਾਫੀ ਸਿਆਸਤਦਾਨ, ਵੱਡੇ ਸਿਆਸਤਦਾਨ ਹੋ, MLA ਵੀ 2 ਵਾਰ ਚੋਣ ਲੜੀ, MLA ਬਣੇ ਹੋ, ਤੁਸੀਂ ਸਿਆਸਤ 'ਚ ਰਹੇ ਹੋ ਲੰਬਾ ਸਮਾਂ ਹੋ ਗਿਆ। ਕੋਈ ਵੀ ਸਟੇਟ ਹੋਵੇ, ਆਪਾਂ ਕਹਿੰਦੇ ਹਾਂ ਕਿ ਉੱਥੇ ਇੱਕ ਖੇਤਰੀ ਪਾਰਟੀ ਜ਼ਰੂਰੀ ਹੈ। ਹੁਣ ਇੱਕ ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਖਤਮ ਹੋਣ ਕਿਨਾਰੇ ਆ, ਕਿਵੇਂ ਦੇਖਦੇ ਹੋ ਤੁਸੀਂ ਉਹਨੂੰ? ਲੱਗਦਾ ਵੀ ਖੇਤਰੀ ਪਾਰਟੀ ਜ਼ਰੂਰੀ ਹੈ ਇੱਦਾਂ ਦਾ? ਦੇਖੋ ਜੀ, ਇਹ ਤਾਂ ਆਪਾਂ ਸਾਰੇ ਕਹਿੰਦੇ ਹਾਂ ਕਿ ਜੇ ਆਪਣਾ ਪੰਜਾਬ ਦਾ ਇੱਕ ਸਟੇਟ ਆ, ਸਟੇਟ ਦੀ ਇੱਕ ਲੋਕਲ ਪਾਰਟੀ ਹੋਣੀ ਚਾਹੀਦੀ, ਖੇਤਰੀ ਪਾਰਟੀ ਦੇ ਸਾਰੇ ਹੱਕ 'ਚ ਆ ਵੀ ਖੇਤਰੀ ਪਾਰਟੀ ਹੋਣੀ ਚਾਹੀਦੀ ਆ। ਪਰ ਕੀ ਖੇਤਰੀ ਪਾਰਟੀ ਨੂੰ ਕਰਨਾ ਚਾਹੀਦਾ, ਕਿਵੇਂ ਕਰਨਾ ਚਾਹੀਦਾ, ਉਹਦੇ 'ਚ ਮੈਂ ਕੌਣ ਹੁੰਦਾ? ਉਹ ਤਾਂ ਪਾਰਟੀ ਦੇ ਜਿਹੜੇ ਹੈੱਡ ਨੇ, ਪ੍ਰਧਾਨ ਨੇ, ਉਹਨਾਂ ਦੀ ਕੋਰ ਕਮੇਟੀ ਆ, ਉਹਨਾਂ ਦੇ ਮੈਂਬਰ ਸਾਹਿਬਾਨ ਨੇ, ਇਹ ਤਾਂ ਉਹਨਾਂ ਨੇ ਡਿਸਾਈਡ ਕਰਨਾ। ਅਸੀਂ ਦੂਜੀ ਪਾਰਟੀ, ਪੋਲੀਟੀਕਲ ਪਾਰਟੀ ਬਾਰੇ ਮੈਂ ਕੌਣ ਹੁੰਦਾ ਕਮੈਂਟ ਕਰਨ ਵਾਲਾ? ਠੀਕ ਹੈ ਢਿੱਲੋਂ ਸਾਹਿਬ, ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਥੈਂਕ ਯੂ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਸੋ ਇਸ ਨਾਲ ਸਰਦਾਰ ਕੇਵਲ ਸਿੰਘ ਢਿੱਲੋਂ ਜੋ 2 ਵਾਰ ਵਿਧਾਇਕ ਰਹੇ ਨੇ, ਇਹਨਾਂ ਨੇ ਆਪਣੇ ਕਾਰਜਕਾਲ ਦੌਰਾਨ ਬਰਨਾਲਾ ਸ਼ਹਿਰ ਨੂੰ ਜ਼ਿਲ੍ਹਾ ਬਣਾਇਆ, 4 ਫਲਾਈਓਵਰ ਬਣਾਏ, ਕੋਰਟ ਕੰਪਲੈਕਸ ਬਣਾਇਆ, ਹੋਰ ਵੱਡੇ ਵੱਡੇ ਕੰਮ ਕੀਤੇ ਜਿਹੜੇ ਸ਼ਾਇਦ ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਕੀਤੇ ਹੋਣੇ। ਸੋ ਹੁਣ ਫਿਰ ਜ਼ਿਮਨੀ ਚੋਣ 'ਚ BJP ਵੱਲੋਂ ਵੱਡੇ ਦਾਅਵੇਦਾਰ ਨੇ। ਸੋ ਇਸ ਤੋਂ ਬਾਅਦ ਕਿਸੇ ਹੋਰ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ, ਉਹ ਤੱਕ ਲਈ ਦਿਓ ਇਜਾਜ਼ਤ, ਧੰਨਵਾਦ। ਗੁਰਬਾਣੀ ਨਿਊਜ਼, ਮਿਊਜ਼ਿਕ, ਐਂਟਰਟੇਨਮੈਂਟ ਸ਼ੋਅ ਜਾਂ ਕਿਸੇ ਤਰ੍ਹਾਂ ਦਾ ਕੋਈ ਵੀ ਕੰਟੈਂਟ ਵੇਖਣ ਦੇ ਲਈ ਪਲੇ ਸਟੋਰ ਤੋਂ ਹੁਣੇ ਡਾਊਨਲੋਡ ਕਰੋ ਚੜ੍ਹਦੀ ਕਲਾ ਮੀਡੀਆ ਨੈਟਵਰਕ ਐਪ।
ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈੱਲ ਆਈਕਨ ਨੂੰ।